ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਜੈਮਸੀ ਦੀ ਪ੍ਰਭੂ ਜੀ ਦੀ ਪਾਕ ਜ਼ਿੰਦਾ ਹਜ਼ੂਰੀ ਦੇ ਵਿੱਚ ਤੁਹਾਡਾ ਦਿਲ ਦੀ ਗਹਿਰਾਈ ਤੋਂ ਸਵਾਗਤ ਕਰਦੇ ਹਾਂ ਅਤੇ ਮੈਂ ਯਕੀਨ ਕਰਦੀ ਹਾਂ ਕਿ ਤੁਸੀਂ ਬਿਲਕੁਲ ਠੀਕ ਹੋ, ਰਾਜੀ ਖੁਸ਼ ਹੋ, ਪਰਮੇਸ਼ਵਰ ਦੀ ਕਿਰਪਾ ਅਤੇ ਆਨੰਦ ਦੇ ਵਿੱਚ ਹੋ। ਹਾਲੇਲੂਇਆ। ਔਰ ਮੈਂ ਇਹ ਵੀ ਯਕੀਨ ਕਰਦੀ ਹਾਂ ਕਿ ਅੱਜ ਤੁਸੀਂ ਵੱਡੀਆਂ ਬਰਕਤਾਂ ਪਾਓਗੇ ਔਰ ਅੱਜ ਤੁਸੀਂ ਪਰਮੇਸ਼ਵਰ ਦੀ ਮਹਿਮਾ ਨੂੰ ਵੇਖੋਗੇ। ਆਮੇਨ। ਪਰਮੇਸ਼ਵਰ ਦੀ ਵਡਿਆਈ ਹੋਵੇ, ਹਮੇਸ਼ਾ ਤੀਕਰ ਹੁੰਦੀ ਰਹੇ। ਆਮੇਨ। ਸੋ ਅਸੀਂ ਪਰਮੇਸ਼ਵਰ ਜੀ ਦੇ ਬਹੁਤ ਹੀ ਸ਼ੁਕਰਗੁਜ਼ਾਰ ਹਾਂ, ਪਰਮੇਸ਼ਵਰ ਨੇ ਅੱਜ ਦਾ ਦਿਨ ਸਾਨੂੰ ਬਖਸ਼ਿਆ ਕਿ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆ ਕੇ ਬੈਠ ਸਕੇ, ਪਰਮੇਸ਼ਵਰ ਦੀ ਮਹਿਮਾ ਕੀਤੀ, ਅਰਦਾਸਾਂ ਬੇਨਤੀਆਂ ਕਰ ਸਕੇ। ਪਰਮੇਸ਼ਵਰ ਨੇ ਇਸ ਯੋਗ ਬਣਾਇਆ ਕਿ ਅਸੀਂ ਪਰਮੇਸ਼ਵਰ ਦੇ ਸਨਮੁੱਖ ਹੋ ਸਕੀਏ। ਹਾਲੇਲੂਇਆ। ਇੱਕ ਸਮਾਂ ਸੀ ਜਦੋਂ ਸਧਾਰਨ ਵਿਅਕਤੀ ਜਿਹੜਾ ਆ ਉਹ ਪਰਮੇਸ਼ਵਰ ਦੀ ਹਜ਼ੂਰੀ ਦੇ ਸਾਹਮਣੇ ਨਹੀਂ ਜਾਂਦਾ ਸੀ। ਜਿੱਥੇ ਪਰਮੇਸ਼ਵਰ ਦੀ ਹਜ਼ੂਰੀ ਹੁੰਦੀ ਸੀ, ਇੱਕ ਵਿਅਕਤੀ ਆਪਣੇ ਪਾਪ ਲੈ ਕੇ ਜਾਂ ਆਪਣੇ ਸ਼ੁਕਰਾਨੇ ਲੈ ਕੇ ਪਰਮੇਸ਼ਵਰ ਦੀ ਮਹਿਮਾ ਕਰਨ ਦੇ ਲਈ ਵੀ ਉਹ ਆਪ ਨਹੀਂ ਜਾ ਸਕਦਾ ਸੀ ਉਸ ਜਗ੍ਹਾ 'ਤੇ। ਠਹਿਰਾਏ ਹੋਏ ਸਥਾਨ ਦੇ ਅੰਦਰ ਸਧਾਰਨ ਵਿਅਕਤੀ ਨਹੀਂ ਜਾ ਸਕਦਾ ਸੀ। ਉਹਦੇ ਲਈ ਜਾਜਕ ਅਰਦਾਸਾਂ ਬੇਨਤੀਆਂ ਕਰਦੇ ਸੀ। ਪਰ ਤੁਸੀਂ ਦੇਖੋ, ਪਰਮੇਸ਼ਵਰ ਦਾ ਧੰਨਵਾਦ ਕਰੋ, ਪ੍ਰਭੂ ਯਿਸੂ ਮਸੀਹ ਜੀ ਦੇ ਵਸੀਲੇ ਦੇ ਨਾਲ ਪਰਮੇਸ਼ਵਰ ਨੇ ਅੱਜ ਦਾ ਦਿਨ ਸਾਨੂੰ ਦਿਖਾਇਆ ਕਿ ਅਸੀਂ ਰੂਬ ਰੂਬ ਪਰਮੇਸ਼ਵਰ ਦੇ ਖੜੇ ਹੋ ਕੇ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆਪਣੇ ਗੁਨਾਹਾਂ ਦੀ ਮਾਫ਼ੀ ਆਪ ਮੰਗ ਸਕਦੇ ਹਾਂ। ਹਾਲੇਲੂਇਆ। ਔਰ ਪਰਮੇਸ਼ਵਰ ਨੇ ਸਾਨੂੰ ਇਸ ਕਾਬਲ ਬਣਾਇਆ ਕਿ ਅਸੀਂ ਆਪਣੇ ਜੋ ਪਰਮੇਸ਼ਵਰ ਨੇ ਸਾਡੇ ਜੀਵਨ 'ਚ ਕੰਮ ਕੀਤੇ ਉਹਦੇ ਸ਼ੁਕਰਾਨੇ ਦੀਆਂ ਭੇਟਾਂ ਅਸੀਂ ਹੁਣ ਆਪ ਚੜ੍ਹਾ ਸਕਦੇ ਹਾਂ। ਹਾਲੇਲੂਇਆ। ਔਰ ਇੱਕ ਸਮਾਂ ਸੀਗਾ ਕਿ ਅਗਰ ਜਾਜਕ ਦੇ ਮਨ ਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਕੋਈ ਬਦੀ ਆ ਜਾਂਦੀ ਸੀ ਤੇ ਉਹ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਹੀ ਖਤਮ ਹੋ ਜਾਂਦਾ ਸੀ। ਉਸ ਤੰਬੂ ਦੇ ਅੰਦਰ, ਜਿਹਨੂੰ ਹਜ਼ੂਰੀ ਦਾ ਤੰਬੂ ਕਿਹਾ ਜਾਂਦਾ ਸੀ, ਜਿਹਨੂੰ ਟੈਬਰਨੇਕਲ ਕਿਹਾ ਜਾਂਦਾ ਸੀਗਾ, ਉਹਦੇ ਅੰਦਰ ਉਹ ਖਤਮ ਹੋ ਜਾਂਦਾ ਸੀਗਾ। ਪਰ ਤੁਸੀਂ ਜਾਣਦੇ ਆ ਕਿ ਸਾਡੇ ਦਿਲਾਂ ਦੇ ਵਿੱਚ ਕਿੰਨਾ ਕੁਛ ਆ ਜਿਹੜਾ ਪਰਮੇਸ਼ਵਰ ਨੂੰ ਪਸੰਦ ਆਉਣ ਵਾਲਾ ਨਹੀਂ ਆ। ਸਾਡੇ ਜਿਸਮ ਉੱਤੇ ਕਿੰਨਾ ਕੁਛ ਆ ਜਿਹੜਾ ਪਰਮੇਸ਼ਵਰ ਨੂੰ ਪਸੰਦ ਆਉਣ ਵਾਲਾ ਨਹੀਂ ਆ। ਤੁਹਾਡੀਆਂ ਜੇਬਾਂ ਦੇ ਵਿੱਚ ਕਿੰਨਾ ਕੁਛ ਆ ਜਿਹੜਾ ਪਰਮੇਸ਼ਵਰ ਨੂੰ ਪਸੰਦ ਆਉਣ ਵਾਲਾ ਨਹੀਂ ਆ, ਪਰ ਫਿਰ ਵੀ ਇਸ ਤੰਬੂ ਦੇ ਅੰਦਰ ਪਰਮੇਸ਼ਵਰ ਨੇ ਆਪਣੇ ਰਹਿਮ ਨੂੰ ਰੱਖਿਆ ਆ, ਤਰਸ ਨੂੰ ਰੱਖਿਆ ਆ, ਔਰ ਸਮਾਂ ਦਿੱਤਾ ਆ ਕਿ ਅਸੀਂ ਆਪਣਾ ਸੁਧਾਰ ਕਰ ਸਕੀਏ। ਅੱਜ ਉਹ ਸਾਨੂੰ ਅਜੇ ਖਤਮ ਨਹੀਂ ਕਰ ਰਿਹਾ ਕਿਉਂਕਿ ਉਹ ਚਾਹੁੰਦਾ ਅਸੀਂ ਸਦਾ ਦਾ ਜੀਵਨ ਪਾ ਲਈਏ। ਹਾਲੇਲੂਇਆ। ਤਾਂ ਬਹੁਤ ਜ਼ਰੂਰੀ ਆ ਕਿ ਅਸੀਂ ਆਪਣਾ ਸੁਧਾਰ ਕਰੀਏ ਔਰ ਪਰਮੇਸ਼ਵਰ ਜੀ ਨੂੰ ਕਹੀਏ ਕਿ ਪ੍ਰਭੂ ਤੁਸੀਂ ਸਾਡਾ ਸੁਧਾਰ ਕਰੋ ਔਰ ਨਰਮਾਈ ਨਾਲ ਕਰੋ। ਤਾਂ ਅੱਜ ਅਸੀਂ ਪਰਮੇਸ਼ਵਰ ਜੀ ਦੇ ਵਚਨ ਦੇ ਵਿੱਚੋਂ ਸਿੱਖਣਾ ਆ ਵਿਸ਼ਵਾਸ ਅਤੇ ਨੇਚਾ ਦੇ ਵਿੱਚ ਕੀ ਫਰਕ ਹੈ। ਵਟ ਇਜ਼ ਡਿਫਰੈਂਸ ਬਿਟਵੀਨ ਬਿਲੀਵ ਐਂਡ ਫੇਥ। ਵਿਸ਼ਵਾਸ ਦੇ ਵਿੱਚ ਅਤੇ ਨੇਚਾ ਦੇ ਵਿੱਚ ਕੀ ਫਰਕ ਹੈ। ਕਈ ਵਾਰੀ ਸਾਨੂੰ ਲੱਗਦਾ ਕਿ ਵਿਸ਼ਵਾਸ ਅਤੇ ਨੇਚਾ ਇੱਕੋ ਹੀ ਚੀਜ਼ ਹੈ। ਨਹੀਂ, ਵਿਸ਼ਵਾਸ ਅਤੇ ਨੇਚਾ ਇੱਕੋ ਚੀਜ਼ ਨਹੀਂ ਹੈ, ਇਹਨਾਂ ਦੇ ਵਿੱਚ ਬਹੁਤ ਵੱਡਾ ਫਰਕ ਆ। ਅਤੇ ਅੱਜ ਅਸੀਂ ਇਸੇ ਫਰਕ ਨੂੰ ਸਮਝਣਾ ਆ। ਔਰ ਜਦੋਂ ਸਾਡੇ ਸਮਝ ਦੇ ਵਿੱਚ ਆਜੂਗਾ ਕਿ ਅੰਤਰ ਕੀ ਆ, ਫਰਕ ਕੀ ਆ, ਡਿਫਰੈਂਸ ਕੀ ਆ, ਤਾਂ ਤੁਸੀਂ ਵੇਖਿਓ ਤੁਹਾਨੂੰ ਬਹੁਤ ਈਜ਼ੀ ਹੋ ਜਾਊਗਾ ਨੇਚਾ ਦੇ ਵਿੱਚ ਵਧਣਾ। ਹਾਲੇਲੂਇਆ। ਵਿਸ਼ਵਾਸ ਦਾ ਹੋਣਾ ਵੀ ਬਹੁਤ ਜ਼ਰੂਰੀ ਆ ਅਤੇ ਨੇਚਾ ਦਾ ਹੋਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਆ।
ਵਿਸ਼ਵਾਸ ਕਰਕੇ ਤੁਸੀਂ ਮੁਕਤੀ ਨਹੀਂ ਪ੍ਰਾਪਤ ਕਰ ਸਕਦੇ ਤੇ ਵਿਸ਼ਵਾਸ ਕਰਕੇ ਤੁਸੀਂ ਬਰਕਤ ਨਹੀਂ ਪ੍ਰਾਪਤ ਕਰ ਸਕਦੇ ਵਿਸ਼ਵਾਸ ਕਰਕੇ ਤੁਸੀਂ ਪਰਮੇਸ਼ਵਰ ਨੂੰ ਖੁਸ਼ ਨਹੀਂ ਕਰ ਸਕਦੇ ਪਰ ਨੇਚਾ ਦੇ ਨਾਲ ਤੁਸੀਂ ਮੁਕਤੀ ਵੀ ਪਾ ਸਕਦੇ ਆ ਨੇਚਾ ਦੇ ਨਾਲ ਤੁਸੀਂ ਬਰਕਤ ਵੀ ਪਾ ਸਕਦੇ ਤੇ ਨੇਚਾ ਨਾਲ ਤੁਸੀਂ ਪਰਮੇਸ਼ਵਰ ਨੂੰ ਵੀ ਖੁਸ਼ ਕਰ ਸਕਦੇ ਆ ਹਾਲੇਲੂਇਆ ਸੋ ਵਿਸ਼ਵਾਸ ਆ ਇੱਕ ਥੋਟ ਇੱਕ ਵਿਚਾਰ ਵਿਸ਼ਵਾਸ ਤੁਹਾਡਾ ਇੱਕ ਵਿਚਾਰ ਆ ਜਿਵੇਂ ਤੁਹਾਡਾ ਵਿਸ਼ਵਾਸ ਹੋ ਸਕਦਾ ਆ ਕਿ ਜੋ ਗੱਲਾਂ ਪਵਿੱਤਰ ਬਾਈਬਲ ਵਿੱਚ ਲਿਖੀਆਂ ਆ ਇਹ ਬਿਲਕੁਲ ਸੱਚ ਆ ਇਹ ਤੁਹਾਡਾ ਵਿਸ਼ਵਾਸ ਆ ਇਹ ਤੁਹਾਡਾ ਇੱਕ ਵਿਚਾਰ ਆ ਕਿ ਹਾਂ ਜੋ ਕੁਛ ਵਚਨ ਚ ਲਿਖਿਆ ਆ ਪਵਿੱਤਰ ਬਾਈਬਲ ਦੇ ਵਿੱਚ ਇਹ ਸਭ ਕੁਛ ਸੱਚ ਆ ਪਰ ਨੇਚਾ ਕੀ ਆ ਅਮਲ ਐਕਟੀਵਿਟੀ ਕੰਮ ਵਿਸ਼ਵਾਸ ਕਹਿੰਦਾ ਇਹ ਗੱਲਾਂ ਸੱਚ ਆ ਤੇ ਨੇਚਾ ਕੀ ਆ ਇਹਨਾਂ ਗੱਲਾਂ ਦੇ ਉੱਤੇ ਅਮਲ ਕਰਨਾ ਇਹਨਾਂ ਗੱਲਾਂ ਨੂੰ ਪੂਰੀਆਂ ਕਰਨਾ ਇਹਨਾਂ ਗੱਲਾਂ ਦੇ ਅਨੁਸਾਰ ਚੱਲਣਾ ਇਹ ਆ ਨੇਚਾ ਹੋਪਫੁਲੀ ਤੁਹਾਨੂੰ ਸਮਝ ਆ ਗਿਆ ਕਿ ਨੇਚਾ ਤੇ ਵਿਸ਼ਵਾਸ ਦੇ ਵਿੱਚ ਕੀ ਫਰਕ ਆ ਵਿਸ਼ਵਾਸ ਜਿਹੜਾ ਆ ਉਹ ਸਿਰਫ ਅੰਦਰੂਨੀ ਆ ਉਹਦੇ ਵਿੱਚ ਕੋਈ ਪ੍ਰੈਕਟੀਕਲ ਨਹੀਂ ਆ ਪਰ ਜਿਹੜੀ ਨੇਚਾ ਆ ਇਹ ਪ੍ਰੈਕਟੀਕਲ ਆ ਨੇਚਾ ਜਿਹੜੀ ਆ ਉਹ ਜ਼ਾਹਿਰ ਤੌਰ ਤੇ ਆ ਨੇਚਾ ਜਿਹੜੀ ਆ ਬਾਹਰ ਨਜ਼ਰ ਆਉਂਦੀ ਆ ਔਰ ਵਚਨ ਵਿੱਚ ਲਿਖਿਆ ਆ ਨੇਚਾ ਬਾਜੋਂ ਪਰਮੇਸ਼ਵਰ ਦੇ ਮਨ ਨੂੰ ਭਾਉਣਾ ਅਣਹੋਣਾ ਆ ਵਿਦਆਊਟ ਫੇਥ ਇੰਪੋਸੀਬਲ ਟੂ ਪਲੀਜ਼ ਗੋਡ ਕਿ ਨੇਚਾ ਦੇ ਬਿਨਾਂ ਪਰਮੇਸ਼ਵਰ ਦੇ ਮਨ ਨੂੰ ਭਾਉਣਾ ਪਰਮੇਸ਼ਵਰ ਨੂੰ ਖੁਸ਼ ਕਰਨਾ ਅਸੰਭਵ ਆ ਅਣਹੋਣਾ ਆ ਹੋ ਹੀ ਨਹੀਂ ਸਕਦਾ ਇਹਦਾ ਮਤਲਬ ਸਾਨੂੰ ਪਰਮੇਸ਼ਵਰ ਨੂੰ ਖੁਸ਼ ਕਰਨ ਦੇ ਲਈ ਨੇਚਾ ਦੀ ਜ਼ਰੂਰਤ ਆ ਮਤਲਬ ਅਮਲ ਦੀ ਜ਼ਰੂਰਤ ਆ ਕੰਮ ਕਰਨ ਦੀ ਜ਼ਰੂਰਤ ਆ ਵਿਸ਼ਵਾਸ ਆਪਣੀ ਜਗ੍ਹਾ ਤੇ ਠੀਕ ਆ ਵਿਸ਼ਵਾਸ ਆ ਕਿ ਰੋਟੀ ਖਾਣ ਦੇ ਨਾਲ ਢਿੱਡ ਭਰ ਜੂਗਾ ਇਹ ਇੱਕ ਵਿਸ਼ਵਾਸ ਆ ਕਿ ਅਸੀਂ ਰੋਟੀ ਖਾਵਾਂਗੇ ਤੇ ਢਿੱਡ ਭਰ ਜੂਗਾ ਪਰ ਜੇ ਤੁਸੀਂ ਰੋਟੀ ਨਹੀਂ ਖਾਓਗੇ ਓਨੀ ਦੇਰ ਤੱਕ ਨਹੀਂ ਭਰੂਗਾ ਤੁਹਾਨੂੰ ਕਿਸੇ ਨੇ ਕਿਹਾ ਆ ਰੋਟੀ ਖਾ ਕੇ ਢਿੱਡ ਭਰ ਜਾਂਦਾ ਆ ਹੁਣ ਅਮਲ ਕਰਕੇ ਵੇਖੋ ਭਰਦਾ ਆ ਕਿ ਨਹੀਂ ਰੋਟੀ ਖਾਣਾ ਇੱਕ ਅਮਲ ਆ ਜਿਵੇਂ ਅਸੀਂ ਸੁਣਦੇ ਆ ਕਿ ਪ੍ਰਭੂ ਸਭ ਕੁਛ ਕਰਨ ਦੀ ਤਾਕਤ ਰੱਖਦੇ ਆ ਪਰ ਹੁੰਦਾ ਕਿਹਦੇ ਜੀਵਨ ਵਿੱਚ ਆ ਜਿਹੜੇ ਨੇਚਾ ਕਰਦੇ ਆ ਜਿਨ੍ਹਾਂ ਨੂੰ ਪੂਰੇ ਤੌਰ ਤੇ ਯਕੀਨ ਹੁੰਦਾ ਉਹਨਾਂ ਦੇ ਜੀਵਨ ਦੇ ਵਿੱਚ ਸੋ ਵਿਸ਼ਵਾਸ ਜਿਹੜਾ ਆ ਤੁਹਾਡਾ ਅੰਦਰੂਨੀ ਤੁਹਾਡੇ ਮਨ ਦੇ ਅੰਦਰ ਆ ਔਰ ਨੇਚਾ ਜਿਹੜੀ ਆ ਉਹ ਤੁਹਾਡੇ ਕੰਮਾਂ ਤੋਂ ਨਜ਼ਰ ਆਉਂਦੀ ਆ ਤੁਹਾਡੇ ਸ਼ਬਦਾਂ ਤੋਂ ਨਜ਼ਰ ਆਉਂਦੀ ਆ ਤਾਂ ਅਗਰ ਪਰਮੇਸ਼ਵਰ ਨੇਚਾ ਦੇ ਦੁਆਰਾ ਖੁਸ਼ ਆ ਇਹਦਾ ਮਤਲਬ ਪਰਮੇਸ਼ਵਰ ਦੀ ਖੁਸ਼ੀ ਇਸ ਚੀਜ਼ ਵਿੱਚ ਆ ਕਿ ਤੁਸੀਂ ਜੋ ਵਿਸ਼ਵਾਸ ਕਰਦੇ ਆ ਉਹਨੂੰ ਪੂਰਾ ਕੰਮ ਦੇ ਵਿੱਚ ਵੀ ਲੈ ਕੇ ਆਓ ਵਚਨ ਵਿੱਚ ਲਿਖਿਆ ਆ ਅਮਲਾਂ ਬਾਜੋ ਨੇਚਾ ਵਿਅਰਥ ਆ ਮਤਲਬ ਜੇ ਤੁਸੀਂ ਵਿਸ਼ਵਾਸ ਕਰ ਲਿਆ ਆ ਪਰ ਅਮਲ ਨਹੀਂ ਕੀਤਾ
ਫਿਰ ਵਿਅਰਥ ਆ, ਫਿਰ ਕੋਈ ਉਹਦਾ ਫਾਇਦਾ ਨਹੀਂ ਆ। ਪਰ ਜੇ ਤੁਸੀਂ ਵਿਸ਼ਵਾਸ ਕਰਦੇ ਆ ਫਿਰ ਤੁਸੀਂ ਉਹਦੇ ਅਨੁਸਾਰ ਕੰਮ ਕਰੋ। ਹਾਲੇਲੂਇਆ। ਸੋ ਬਿਲੀਵ ਕੀ ਆ, ਵਿਸ਼ਵਾਸ ਕੀ ਆ? ਇੱਕ ਸੋਚ, ਇੱਕ ਵਿਚਾਰ, ਇੱਕ ਅੰਦਰੂਨੀ ਕੰਮ। ਅਤੇ ਨੇਚਾ ਕੀ ਆ? ਐਕਸ਼ਨ, ਪ੍ਰੈਕਟੀਕਲ ਅਮਲ ਤੇ ਬਾਹਰ ਨਜ਼ਰ ਆਉਣ ਵਾਲਾ ਕੰਮ। ਥੋੜੀਆਂ ਜਿਹੀਆਂ ਉਦਾਹਰਨਾਂ ਲਵਾਂਗੇ ਔਰ ਸਮਝਣ ਦੀ ਕੋਸ਼ਿਸ਼ ਕਰਾਂਗੇ। ਚਰਚ ਵਿੱਚ ਬਹੁਤ ਸਾਰੇ ਲੋਕ ਆਉਂਦੇ ਆ, ਵਚਨ ਸਾਰੇ ਹੀ ਸੁਣਦੇ ਆ, ਪਰ ਜੇ ਤੁਸੀਂ ਉਹਨਾਂ ਨੂੰ ਚਰਚ ਦੇ ਬਾਹਰ ਦੇਖੋ ਤੇ ਸਾਰਿਆਂ ਨੂੰ ਦੇਖ ਕੇ ਤੁਸੀਂ ਪਹਿਚਾਣ ਨਹੀਂ ਸਕੋਗੇ ਕਿ ਉਹਨਾਂ ਦੇ ਜੀਵਨ ਦੇ ਵਿੱਚ ਤੁਹਾਨੂੰ ਯਿਸੂ ਮਸੀਹ ਨਹੀਂ ਨਜ਼ਰ ਆਉਣਗੇ। ਚਰਚ ਵਿੱਚ ਜਦੋਂ ਤੁਹਾਨੂੰ ਕੋਈ ਜਣਾ ਇਹ ਕਹਿੰਦਾ ਕਿ ਮੈਂ ਚਰਚ ਨੂੰ ਜਾਣਾ ਤੇ ਤੁਹਾਨੂੰ ਸਭ ਤੋਂ ਪਹਿਲੀ ਤਸਵੀਰ ਕੀ ਨਜ਼ਰ ਆਉਂਦੀ ਆ? ਪ੍ਰਭੂ ਯਿਸੂ ਮਸੀਹ ਦੀ ਤਸਵੀਰ ਨਜ਼ਰ ਆਉਂਦੀ ਨਾ, ਕਿ ਇਹ ਯਿਸੂ ਮਸੀਹ ਨੂੰ ਫੋਲੋ ਕਰਨ ਵਾਲਾ ਬੰਦਾ ਆ, ਕਿ ਇਹਦਾ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਆ। ਤਾਂ ਸਭ ਤੋਂ ਪਹਿਲਾ ਸਾਈਨ ਜਿਹੜਾ ਤੁਹਾਡੀ ਅੱਖਾਂ ਦੇ ਵਿੱਚ ਆਊਗਾ ਉਹ ਆਏਗਾ ਪ੍ਰਭੂ ਯਿਸੂ ਮਸੀਹ ਜੀ ਦੀ ਇੱਕ ਤਸਵੀਰ। ਪਰ ਜੇ ਕੋਈ ਇਨਸਾਨ ਤੁਹਾਨੂੰ ਬੋਲ ਕੇ ਨਹੀਂ ਦੱਸਦਾ, 99% ਤੁਸੀਂ ਨਹੀਂ ਪਹਿਚਾਣ ਸਕੋਗੇ ਕਿ ਉਹ ਪ੍ਰਭੂ ਯਿਸੂ ਮਸੀਹ ਦੀ ਸਿੱਖਿਆ ਉੱਤੇ ਚੱਲਦਾ ਆ ਕਿ ਨਹੀਂ। ਕਿਉਂ? ਕਿਉਂਕਿ ਉਹਦੇ ਜੀਵਨ ਦੇ ਵਿੱਚ ਵਿਸ਼ਵਾਸ ਆ ਕਿ ਪ੍ਰਭੂ ਯਿਸੂ ਮਸੀਹ ਸਾਡੇ ਗੁਨਾਹਾਂ ਦੇ ਲਈ ਸਲੀਬ ਉੱਤੇ ਬਲੀਦਾਨ ਹੋਏ, ਔਰ ਉਹਨੂੰ ਇਹ ਵੀ ਵਿਸ਼ਵਾਸ ਆ ਕਿ 6 ਦਿਨ ਕੰਮ ਕਰਨ ਦੇ ਬਾਅਦ 7ਵੇਂ ਦਿਨ ਚਰਚ ਵਿੱਚ ਜਾਣਾ ਚਾਹੀਦਾ। ਪਰ ਅਮਲ ਹੈ ਨਹੀਂ ਉਹਦੇ ਜੀਵਨ ਵਿੱਚ। ਜੋ ਕੁਛ ਚਰਚ ਵਿੱਚ ਜਾ ਕੇ ਸੁਣ ਰਿਹਾ ਆ, ਜੋ ਵਚਨ ਦੇ ਵਿੱਚੋਂ ਉਹਨੂੰ ਸੁਣਾਇਆ ਜਾ ਰਿਹਾ, ਸਿਖਾਇਆ ਜਾ ਰਿਹਾ, ਉਹਦੇ ਉੱਤੇ ਉਹ ਪ੍ਰੈਕਟੀਕਲੀ ਕੰਮ ਨਹੀਂ ਕਰ ਰਿਹਾ, ਉਹ ਉਹਦੇ ਜੀਵਨ ਦੇ ਵਿੱਚ ਲਾਗੂ ਨਹੀਂ ਆ। ਪਰ ਬਹੁਤ ਸਾਰੇ ਲੋਕ ਹੈਗੇ ਆ ਜਿਨ੍ਹਾਂ ਨੂੰ ਬੋਲ ਕੇ ਦੱਸਣ ਦੀ ਜ਼ਰੂਰਤ ਨਹੀਂ ਪੈਂਦੀ ਕਿ ਉਹਨਾਂ ਦਾ ਰਿਸ਼ਤਾ ਪਰਮੇਸ਼ਵਰ ਦੇ ਨਾਲ ਠੀਕ ਆ। ਪਰ ਜਦੋਂ ਤੁਸੀਂ ਉਹਨਾਂ ਦੇ ਨੇੜੇ ਹੀ ਜਾਓਗੇ, ਜਦੋਂ ਤੁਸੀਂ ਉਹਨਾਂ ਦੇ ਨਾਲ ਗੱਲ ਕਰੋਗੇ, ਅਗਰ ਤੁਸੀਂ ਉਹਨਾਂ ਨੂੰ ਦੂਰੋਂ ਵੀ ਦੇਖੋ ਔਰ ਉਹਨਾਂ ਨੂੰ ਇਹ ਵੀ ਨਾ ਪਤਾ ਹੋਵੇ ਕਿ ਕੋਈ ਸਾਨੂੰ ਨੋਟ ਕਰ ਰਿਹਾ, ਕੋਈ ਸਾਡੇ ਵੱਲ ਧਿਆਨ ਦੇ ਰਿਹਾ, ਤੁਸੀਂ ਉਹਨਾਂ ਨੂੰ ਦੂਰੋਂ ਵੀ ਦੇਖੋਗੇ ਨਾ, ਤਦ ਵੀ ਤੁਹਾਨੂੰ ਪਹਿਚਾਣ ਆ ਜਾਏਗੀ ਕਿ ਇਹ ਬੰਦਾ ਪਰਮੇਸ਼ਵਰ ਦੇ ਡਰ ਵਿੱਚ ਰਹਿੰਦਾ ਆ। ਔਰ ਇਹ ਚੀਜ਼ ਨੂੰ ਕਹਿੰਦੇ ਆ ਨੇਚਾ, ਇਹ ਹੁੰਦੇ ਅਮਲ, ਕੰਮਾਂ ਤੋਂ ਨਜ਼ਰ ਆਵੇ ਕਿ ਤੁਸੀਂ ਕੌਣ ਆ। ਔਰ ਪਰਮੇਸ਼ਵਰ ਦੀ ਖੁਸ਼ੀ ਇਸ ਚੀਜ਼ ਵਿੱਚ ਨਹੀਂ ਆ ਕਿ ਮੈਂ ਕਿਸੇ ਨੂੰ ਜਾ ਕੇ ਕਵਾਂ ਕਿ ਮੈਂ ਪ੍ਰਭੂ ਯਿਸੂ ਮਸੀਹ ਨੂੰ ਮੰਨਦੀ ਆ। ਪ੍ਰਭੂ ਯਿਸੂ ਮਸੀਹ ਨੂੰ ਇਸ ਗੱਲ ਵਿੱਚ ਖੁਸ਼ੀ ਨਹੀਂ ਆ। ਪ੍ਰਭੂ ਨੂੰ ਖੁਸ਼ੀ ਆ ਕਿ ਮੇਰੇ ਕੰਮ ਜ਼ਾਹਿਰ ਕਰਨ, ਜੋ ਪ੍ਰਭੂ ਯਿਸੂ ਮਸੀਹ ਨੇ ਕਿਹਾ ਮੈਂ ਉਹ ਕੰਮਾਂ ਨੂੰ ਪੂਰਾ ਕਰਦੀ ਆ, ਜੋ ਪ੍ਰਭੂ ਯਿਸੂ ਮਸੀਹ ਮੇਰੇ ਲਈ ਗੱਲਾਂ ਦੱਸ ਕੇ ਗਏ ਮੈਂ ਉਹਨਾਂ ਗੱਲਾਂ ਨੂੰ ਮੰਨਦੀ ਆ ਤੇ ਉਹ ਕੰਮ ਮੇਰੇ ਜੀਵਨ ਦੇ ਵਿੱਚ ਨਜ਼ਰ ਆ ਰਹੇ ਆ। ਪਰਮੇਸ਼ਵਰ ਦੀ ਖੁਸ਼ੀ ਇਸ ਗੱਲ ਦੇ ਵਿੱਚ ਆ, ਪਰਮੇਸ਼ਵਰ ਦੀ ਖੁਸ਼ੀ ਸਾਡੀ ਨੇਚਾ ਦੇ ਵਿੱਚ ਆ, ਕਿਉਂਕਿ ਨੇਚਾ ਪ੍ਰੈਕਟੀਕਲ ਆ, ਨੇਚਾ ਅਮਲਾਂ ਦੇ ਵਿੱਚ ਆ। ਅੱਜ ਵੀ ਬਹੁਤ ਸਾਰੇ ਭੈਣਾਂ ਭਰਾਵਾਂ ਨੇ ਵਰਤ ਰੱਖੇ ਆ,
ਔਰ ਪਿਛਲੇ 3-4 ਦਿਨਾਂ ਤੋਂ ਵਰਤ ਦੇ ਵਿੱਚ ਆ ਰਹੇ ਹਾਂ। ਵੈਸੇ ਵੀ ਇਹਨਾਂ 21 ਦਿਨਾਂ ਤੋਂ ਬਿਨਾਂ ਵੀ ਤੁਸੀਂ ਆਪਣੇ ਜੀਵਨ ਦੇ ਵਿੱਚ ਬਹੁਤ ਵਰਤ ਰੱਖਦੇ ਹੋਵੋਗੇ। ਵਰਤ ਰੱਖਣਾ ਇੱਕ ਵਿਸ਼ਵਾਸ ਹੈ, ਪਰ ਜੇ ਤੁਹਾਡੇ ਜੀਵਨ ਦੇ ਵਿੱਚ ਫਲ ਨਹੀਂ ਨਜ਼ਰ ਆ ਰਿਹਾ, ਇਹਦਾ ਮਤਲਬ ਤੁਹਾਡੇ ਅੰਦਰ ਨੇਚਾ ਦੀ ਕਮੀ ਆ। ਪ੍ਰਾਰਥਨਾ ਕਰਨ ਦੇ ਨਾਲ ਕੰਮ ਹੁੰਦੇ ਆ, ਬਹੁਤ ਲੋਕੀ ਪ੍ਰਾਰਥਨਾ ਕਰਦੇ ਆ ਪਰ ਫਿਰ ਵੀ ਰੋ ਰਹੇ ਆ, ਬਹੁਤ ਲੋਕੀ ਚਰਚ ਵਿੱਚ ਆ ਰਹੇ ਆ ਫਿਰ ਵੀ ਰੋ ਰਹੇ ਆ। ਉਹਨਾਂ ਦੇ ਜੀਵਨ 'ਚ ਕੋਈ ਗਵਾਹੀ ਨਹੀਂ ਬਣ ਰਹੀ, ਉਹਨਾਂ ਦੇ ਜੀਵਨ ਦੇ ਵਿੱਚ ਕੋਈ ਕੰਮ ਨਹੀਂ ਹੋ ਰਿਹਾ। ਕਾਰਨ ਕੀ ਆ? ਸਿਰਫ ਵਿਸ਼ਵਾਸ ਆ, ਨੇਚਾ ਨਹੀਂ ਆ। ਜਿੰਨੀ ਦੇਰ ਤੱਕ ਤੁਹਾਡੇ ਅੰਦਰ ਨੇਚਾ ਨਹੀਂ ਹੋਊਗੀ, ਸੰਪੂਰਨ ਯਕੀਨ ਨਹੀਂ ਹੋਊਗਾ, ਜਿੰਨੀ ਦੇਰ ਤੱਕ ਤੁਸੀਂ ਉਦਾਂ ਨਹੀਂ ਕਰੋਗੇ ਜਿੱਦਾਂ ਪਰਮੇਸ਼ਵਰ ਦਾ ਵਚਨ ਕਰਨ ਲਈ ਕਹਿੰਦਾ ਆ, ਉਨੀ ਦੇਰ ਤੱਕ ਤੁਹਾਡੇ ਜੀਵਨ 'ਚ ਗਵਾਹੀਆਂ ਨਹੀਂ ਬਣ ਸਕਣਗੀਆਂ, ਤੁਹਾਡੇ ਜੀਵਨ ਵਿੱਚ ਚੰਗੇ ਕੰਮ ਨਜ਼ਰ ਨਹੀਂ ਆ ਸਕਣਗੇ। ਮੰਨ ਲਓ ਆਪਾਂ ਪ੍ਰਾਰਥਨਾ ਕਰ ਲਈ ਪਰ ਗਾਲਾਂ ਕੱਢਣੀਆਂ ਨਹੀਂ ਛੱਡੀਆਂ, ਆਪਾਂ ਅੱਜ ਵਰਤ ਰੱਖ ਕੇ ਆ ਗਏ ਚਰਚ ਦੇ ਵਿੱਚ, ਤੇ ਥੋੜੀ ਦੇਰ ਬਾਅਦ ਚਰਚ ਤੋਂ ਬਾਹਰ ਜਾ ਕੇ ਆਪਾਂ ਲੜਾਈ ਝਗੜਾ ਸ਼ੁਰੂ ਕਰ ਦਿੱਤਾ, ਘਰ ਜਾ ਕੇ ਫਿਰ ਉਹੀ ਗਲਤ ਚੀਜ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕੀ ਸਾਡੇ ਬੰਧਨ ਟੁੱਟ ਜਾਣਗੇ? ਫਿਰ ਤੁਹਾਡੇ ਮਨ ਦੇ ਵਿੱਚ ਇੱਕ ਸ਼ਿਕਵਾ ਆਊਗਾ ਕਿ ਸਟੇਜ ਤੋਂ ਤਾਂ ਕਿਹਾ ਗਿਆ ਸੀ ਤੁਸੀਂ 7 ਵਰਤ ਰੱਖ ਕੇ ਆਓਗੇ ਤਾਂ ਤੁਹਾਡੇ ਰੁਕੇ ਕੰਮ ਬਣਨਗੇ, ਤੁਸੀਂ ਵਰਤ ਰੱਖੋਗੇ ਤਾਂ ਉਹ ਕੰਮ ਜਿਹੜੇ ਇਕੱਲੇ ਪ੍ਰਾਰਥਨਾ ਨਾਲ ਨਹੀਂ ਹੁੰਦੇ ਉਹ ਵਰਤ ਪ੍ਰਾਰਥਨਾ ਦੇ ਨਾਲ ਹੁੰਦੇ ਆ, ਸਾਡੇ ਜੀਵਨ ਵਿੱਚ ਕਿਉਂ ਨਹੀਂ ਹੋਇਆ? ਅਰ ਜਿਹੜਾ ਕੋਈ ਟੈਸਟੀਮਨੀ ਦੇਵੇਗਾ ਨਾ, ਜਿਹਦੇ ਜੀਵਨ ਵਿੱਚ ਦੇਖੋ 2 ਜਣੇ ਆ, ਇੱਕ ਦੋਵਾਂ ਨੇ 7-7 ਵਰਤ ਰੱਖੇ, ਇੱਕ ਜਣਾ ਗਵਾਹੀ ਨਾਲ ਆ ਗਿਆ ਤੇ ਇੱਕ ਦੇ ਜੀਵਨ ਵਿੱਚ ਕੋਈ ਕੰਮ ਨਹੀਂ ਹੋਇਆ, ਵਰਤ ਦੋਵਾਂ ਨੇ ਰੱਖੇ ਇੱਕ ਹੀ ਜਗ੍ਹਾ ਤੇ ਰੱਖੇ, ਫਿਰ ਇੱਕ ਦੇ ਜੀਵਨ ਵਿੱਚ ਗਵਾਹੀ ਬਣੀ ਇੱਕ ਦੇ ਜੀਵਨ ਵਿੱਚ ਨਹੀਂ ਬਣੀ। ਹੁਣ ਜਿਹੜਾ ਗਵਾਹੀ ਦੇ ਰਿਹਾ ਨਾ ਤੇ ਜਿਹੜਾ ਦੂਜਾ ਆ ਜਿਹਦੇ ਜੀਵਨ 'ਚ ਨਹੀਂ ਬਣੀ, ਉਹਨੇ ਸੋਚਣਾ ਪਤਾ ਨਹੀਂ ਇਹ ਖਰਿਆ ਝੂਠ ਹੀ ਬੋਲੀ ਜਾਂਦਾ, ਵਰਤ ਤਾਂ ਮੈਂ ਵੀ ਰੱਖੇ ਹੀ, ਮੇਰੇ ਜੀਵਨ ਦੇ ਵਿੱਚ ਤਾਂ ਕੰਮ ਹੋਇਆ ਨਹੀਂ, ਇੱਦਾਂ ਕਿੱਦਾਂ ਹੋ ਗਿਆ ਇਹਦੇ ਜੀਵਨ ਵਿੱਚ 7 ਮੈਂ ਰੱਖੇ 7 ਇਹਨੇ ਰੱਖੇ। ਅਸਲ ਵਿੱਚ ਜਿਹੜਾ ਗਵਾਹੀ ਦੇ ਰਿਹਾ ਆ ਨਾ ਉਹਨੇ ਸਿਰਫ ਵਰਤ ਹੀ ਨਹੀਂ ਰੱਖੇ, ਉਹਨੇ ਉਦਾਂ ਰੱਖੇ ਜਿੱਦਾਂ ਇੱਕ ਇਨਸਾਨ ਨੂੰ ਵਰਤ ਰੱਖਣੇ ਚਾਹੀਦੇ ਆ। ਉਹਨੇ ਸਿਰਫ ਰੋਟੀ ਨਹੀਂ ਛੱਡੀ, ਉਹਨੇ ਵਰਤ ਸਿਰਫ ਰੋਟੀ ਛੱਡਣ ਦਾ ਹੀ ਨਹੀਂ ਰੱਖਿਆ, ਉਹਨੇ ਨਾਲ ਝੂਠ ਵੀ ਛੱਡਿਆ, ਉਹਨੇ ਨਾਲ ਗਾਲਾਂ ਕੱਢਣੀਆਂ ਵੀ ਛੱਡੀਆਂ, ਉਹਨੇ ਨਾਲ ਬਦੀਆਂ ਕਰਨੀਆਂ ਵੀ ਛੱਡੀਆਂ, ਉਹਨੇ ਨਾਲ ਬੁਰਾ ਸੋਚਣਾ ਵੀ ਛੱਡ ਦਿੱਤਾ, ਬੁਰਾ ਬੋਲਣਾ ਵੀ ਛੱਡ ਦਿੱਤਾ, ਬੁਰਾ ਦੇਖਣਾ ਵੀ ਛੱਡ ਦਿੱਤਾ, ਬੁਰਾ ਸੁਣਨਾ ਵੀ ਛੱਡ ਦਿੱਤਾ, ਉਹਨੇ ਬੁਰਾਈ ਤੋਂ ਵਰਤ ਰੱਖ ਲਿਆ। ਅਰ ਭੁੱਖਾ ਤੇ ਉਹ ਇਸ ਲਈ ਸੀ ਕਿ ਜਦੋਂ ਵੀ ਭੁੱਖ ਲੱਗੇ ਉਹਨੂੰ ਚੇਤਾ ਆਵੇ ਕਿ ਮੈਂ ਬੁਰਾਈ ਛੱਡਣੀ ਆ, ਮੈਂ ਬਦੀ ਛੱਡਣੀ ਆ। ਪਰਮੇਸ਼ਵਰ ਦੀ ਖੁਸ਼ੀ ਇਸ ਗੱਲ ਵਿੱਚ ਨਹੀਂ ਕਿ ਤੁਸੀਂ ਭੁੱਖੇ ਆ ਤੇ ਉਹ ਬਹੁਤ ਖੁਸ਼ ਆ, ਤੁਸੀਂ ਭੁੱਖੇ ਰਹਿ ਕੇ ਗਲਤ ਚੀਜ਼ਾਂ ਦੇਖ ਰਹੇ ਹੋ ਤੇ ਤੁਸੀਂ ਕੀ ਸੋਚਦੇ ਹੋ ਤੁਹਾਡਾ ਵਰਤ ਕਬੂਲ ਹੋਏਗਾ? ਤੁਸੀਂ ਭੁੱਖੇ ਰਹਿ ਕੇ ਗਲਤ ਗੀਤ ਸੁਣ ਰਹੇ ਹੋ, ਸੰਗੀਤ ਸੁਣ ਰਹੇ ਹੋ ਤੇ ਤੁਸੀਂ ਕੀ ਸੋਚਦੇ ਹੋ ਕਿ ਸ਼ਾਮਾਂ ਨੂੰ ਤੁਸੀਂ ਆਮੀਨ ਕਹਿ ਕੇ ਪ੍ਰਾਰਥਨਾ ਕਰੋਗੇ ਤਾਂ ਉਹ ਨੌਕਰੀ ਜਿਹੜੀ ਤੁਸੀਂ ਤਲਾਸ਼ ਕਰ ਰਹੇ ਹੋ ਤੁਹਾਨੂੰ ਮਿਲ ਜਾਏਗੀ? ਨਹੀਂ, ਇਹ ਕਿਉਂ
ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ, ਕਿਉਂਕਿ ਬਹੁਤ ਸਾਰੇ ਲੋਕੀ ਘਰ ਵਿੱਚ ਰਹਿ ਕੇ ਵਰਤ ਰੱਖ ਰਹੇ ਆ, ਉਹਨਾਂ ਕੋਲੇ ਉਹਨਾਂ ਦਾ ਚਾਂਸ ਨਹੀਂ ਬਣ ਰਿਹਾ ਕਿ ਉਹ ਰੈਗੂਲਰ ਆ ਸਕਣ ਜਾਂ ਕੁਛ ਉਹਨਾਂ ਦੀਆਂ ਮਜਬੂਰੀਆਂ ਹੋ ਸਕਦੀਆਂ ਆ। ਪਰ ਜਦੋਂ ਤੁਸੀਂ ਘਰ ਵਿੱਚ ਰਹਿ ਕੇ ਵਰਤ ਰੱਖਦੇ ਨਾ, ਤੁਹਾਨੂੰ ਲੱਗਦਾ ਕਿ ਹੁਣ ਸਾਰਾ ਦਿਨ ਪ੍ਰਾਰਥਨਾ ਹੀ ਕਰੀ ਜਾਵਾਂ ਤੇ ਚੱਲ ਇੱਦਾਂ ਕਰਦੇ ਦੋ ਤਿੰਨ ਡਰਾਮੇ ਦੇਖ ਲੈਂਦੇ, ਟਾਈਮ ਪਾਸ ਹੋ ਜਾਊਗਾ, ਭੁੱਖ ਜਿਹੜੀ ਆ ਫੀਲ ਨਹੀਂ ਹੋਊਗੀ। ਤੇ ਉਹ ਭੁੱਖ ਨਾ ਫੀਲ ਹੋਵੇ ਇਸ ਲਈ ਉਹ ਆਪਣੇ ਆਪ ਨੂੰ ਜਾਂ ਮੂਵੀ ਵਿੱਚ ਬਿਜ਼ੀ ਕਰਨਗੇ ਜਾਂ ਕਿਸੇ ਦੇ ਘਰ ਚਲੇ ਜਾਣਗੇ, ਕਹਿਣਾ ਸ਼ਾਮਾਂ 5 ਮਸੀਂ ਵੱਜਣੇ ਆ ਤੇ 5 ਵਜੇ ਤੱਕ ਕਿੱਦਾਂ ਭੁੱਖੇ ਰਹਿਣਾ, ਜੇ ਮੈਂ ਵਿਹਲਾ ਬੈਠਾ ਰਿਹਾ ਮੈਨੂੰ ਤੇ ਭੁੱਖ ਹੀ ਲੱਗੀ ਜਾਣੀ ਆ, ਤੇ ਚੱਲ ਕਿਤੇ ਟਾਈਮ ਪਾਸ ਕਰ ਆਉਂਦੇ, ਹੋਰ ਨਹੀਂ ਕੁਛ ਚੱਲ ਕੇ ਇਹਨੂੰ ਵੀਡੀਓ ਕਾਲ ਹੀ ਲਾ ਲੈਂਦੇ ਆ। ਤਾਂ ਇਹ ਵਰਤ ਰੱਖਣ ਦਾ ਤਰੀਕਾ ਨਹੀਂ ਆ। ਵਰਤ ਰੱਖ ਕੇ ਮੂਵੀਜ਼ ਦੇਖ ਕੇ ਟਾਈਮ ਪਾਸ ਕਰਨਾ ਇਹ ਸਹੀ ਨਹੀਂ ਆ। ਭੁੱਖੇ ਭੁੱਖ ਤੁਹਾਨੂੰ ਲੱਗੇ ਇਸੇ ਲਈ ਤਾਂ ਤੁਸੀਂ ਰੋਟੀ ਛੱਡੀ ਆ ਨਾ, ਕਿ ਤੁਹਾਨੂੰ ਬਾਰ ਬਾਰ ਭੁੱਖ ਮਹਿਸੂਸ ਕਰਵਾਵੇ ਕਿ ਤੇਰਾ ਅਸਲ ਵਿਸ਼ਾ ਕੀ ਆ, ਤੂੰ ਅਸਲ ਵਿੱਚ ਭੁੱਖਾ ਕਿਉਂ ਆ। ਤੈਨੂੰ ਬਾਰ ਬਾਰ ਯਾਦ ਆਵੇ ਮੈਂ ਪ੍ਰਾਰਥਨਾ ਕਰਨੀ ਆ, ਤੈਨੂੰ ਬਾਰ ਬਾਰ ਯਾਦ ਆਵੇ ਮੈਂ ਕਿਸ ਵਿਸ਼ੇ ਲਈ ਪ੍ਰਾਰਥਨਾ ਕਰਨੀ ਆ। ਛੱਡਣੀ ਰੋਟੀ ਨਹੀਂ ਆ, ਰੋਟੀ ਛੱਡ ਕੇ ਤਾਂ ਸਿਰਫ ਤੁਹਾਨੂੰ ਯਾਦ ਆ ਰਿਹਾ ਕਿ ਮੈਂ ਬੁਰਾਈ ਛੱਡਣੀ ਆ, ਮੈਂ ਬਦੀ ਛੱਡਣੀ ਆ, ਝੂਠ ਬੋਲਣਾ ਛੱਡਣਾ, ਗਲਤ ਚੀਜ਼ਾਂ ਵੇਖਣੀਆਂ ਬੋਲਣੀਆਂ ਸੁਣਨੀਆਂ ਛੱਡਣੀਆਂ ਆ। ਤਾਂ ਇਸ ਲਈ ਜਿਹੜੇ ਇਨਸਾਨ ਨੇ ਰੋਟੀ ਦੇ ਨਾਲ ਨਾਲ ਬਾਕੀ ਚੀਜ਼ਾਂ ਵੀ ਛੱਡੀਆਂ, ਉਹ ਗਵਾਹੀ ਦੇ ਨਾਲ ਆ ਗਿਆ। ਪਰ ਇੱਕ ਵਿਅਕਤੀ ਆ 7 ਵਰਤ ਰੱਖੇ ਹੋਏ ਆ, ਪਰ ਉਹਨੇ ਹੋਰ ਕੋਈ ਆਪਣੀ ਆਦਤ ਨਹੀਂ ਬਦਲੀ, ਕੋਈ ਉਹਨੇ ਆਪਣੇ ਮਨ ਦੇ ਵਿਚਾਰ ਨਹੀਂ ਬਦਲੇ, ਕੋਈ ਉਹਨੇ ਆਪਣਾ ਜੀਵਨ ਨਹੀਂ ਬਦਲਿਆ। ਤੇ ਕਿੱਦਾਂ ਉਹਦੇ ਵਰਤ ਦੂਜੇ ਦੇ ਵਰਤ ਦੇ ਬਰਾਬਰ ਹੋ ਸਕਦੇ ਆ, ਗਿਣਤੀ ਵਿੱਚ ਬਰਾਬਰ ਹੋ ਸਕਦੇ ਆ, ਪਰ ਤੱਕੜੀ ਵਿੱਚ ਬਰਾਬਰ ਨਹੀਂ ਤੋਲੇ ਜਾਣਗੇ। ਤੁਸੀਂ ਸਮਝ ਰਹੇ ਹੋ? ਤਾਂ ਅਗਰ ਅਸੀਂ ਪ੍ਰੇਅਰ ਕਰਦੇ ਹਾਂ ਤਾਂ ਕਈ ਵਾਰੀ ਕੁਛ ਚੀਜ਼ਾਂ ਨਾ ਸਾਨੂੰ ਮੂੰਹ ਜ਼ਬਾਨੀ ਯਾਦ ਹੋ ਜਾਂਦੀਆਂ ਹੈ, ਜਿੱਦਾਂ ਕਹਿ ਲਓ ਕਿ ਲੇਡੀਜ਼ ਜਿਹੜੀਆਂ ਸਿਲਾਈ ਕਢਾਈ ਜਾਣਦੀਆਂ ਆ, ਜਾਂ ਤੁਸੀਂ ਦੇਖਿਓ ਕਿ ਭੈਣਾਂ ਗੰਢੇ ਵੀ ਕੱਟਣਗੀਆਂ ਨਾ, ਤੇ ਉਹਨਾਂ ਨੇ ਕਰਦ ਵੱਲ ਨਹੀਂ ਵੇਖਦੀਆਂ ਹੁੰਦੀਆਂ, ਉਹਨਾਂ ਨੇ ਟਕਾ ਟਕ ਗੰਢੇ ਕੱਟੀ ਜਾਣੇ ਤੇ ਗੱਲਾਂ ਉਹਨਾਂ ਨੇ ਕਰੀ ਜਾਣੀਆਂ, ਕਿਉਂ? ਕਿਉਂਕਿ ਉਹਨਾਂ ਨੂੰ ਪ੍ਰੈਕਟਿਸ ਹੋ ਗਈ ਆ ਤੇ ਕਰਦ ਉਹਨਾਂ ਦੇ ਵੱਜਦੀ ਵੀ ਨਹੀਂ। ਜਾਂ ਜਿਹਨੂੰ ਸਿਲਾਈਆਂ ਬੁਣਦੀਆਂ ਆ, ਉਹਨ ਦੇ ਨਾਲ ਕੋਟੀਆਂ ਬੁਣਦੀਆਂ, ਸਵੈਟਰ ਬੁਣਦੀਆਂ, ਤੁਸੀਂ ਵੇਖੋ ਉਹ ਹਰੇਕ ਕੁੰਡਾ ਸਿਲਾਈ ਵੱਲ ਦੇਖ ਕੇ ਨਹੀਂ ਪਾਉਂਦੀਆਂ, ਉਹਨਾਂ ਨੂੰ ਪ੍ਰੈਕਟਿਸ ਇੰਨੀ ਹੋ ਗਈ ਆ ਕਿ ਕਿੰਨੇ ਕੁੰਡੇ ਉਹਨਾਂ ਨੇ ਪੁੱਠੇ ਪਾਉਣੇ, ਸਿੱਧੇ ਪਾਉਣੇ, ਉਹਨਾਂ ਨੂੰ ਸਭ ਕੁਛ ਮੂੰਹ ਜ਼ਬਾਨੀ ਚੇਤੇ ਆ। ਉਹ ਗੱਲਾਂ ਕਰ ਰਹੀਆਂ ਆ, ਟੈਲੀਵਿਜ਼ਨ ਦੇਖ ਰਹੀਆਂ, ਖਬਰਾਂ ਸੁਣ ਰਹੀਆਂ ਆ, ਤੇ ਨਾਲ ਦੀ ਨਾਲ ਉਹ ਆਪਣਾ ਕੰਮ ਵੀ ਕਰ ਰਹੀਆਂ ਆ। ਬਹੁਤ ਸਾਰੇ ਲੋਕਾਂ ਨੂੰ ਨਾ ਪ੍ਰਾਰਥਨਾ ਇੱਦਾਂ ਯਾਦ ਹੋ ਗਈ ਆ, ਪ੍ਰਾਰਥਨਾ ਕਰਨ ਦਾ ਤਰੀਕਾ ਇੱਦਾਂ ਆ ਗਿਆ ਆ ਕਿ ਜਿੱਦਾਂ ਇੱਕ ਔਰਤ ਰਸੋਈ ਵਿੱਚ ਮੂੰਹ ਜ਼ਬਾਨੀ ਕੰਮ ਕਰਦੀ ਆ ਜਾਂ ਸਿਲਾਈ ਕਢਾਈ ਕਰਦੀ ਆ, ਇੱਦਾਂ ਉਹਨਾਂ ਨੂੰ ਯਾਦ ਹੋ ਗਿਆ। ਉਹਨਾਂ ਦਾ ਮਨ ਨਹੀਂ ਉੱਥੇ ਹੁੰਦਾ, ਸਿਰਫ ਮੂੰਹ ਜਿਹੜਾ ਆ ਨਾ ਉਹ ਸ਼ਬਦ ਬੋਲੀ ਜਾ ਰਿਹਾ ਆ, ਸ਼ਬਦ ਬੋਲੀ ਜਾ ਰਿਹਾ ਆ, ਜਿਸ ਕਰਕੇ ਉਹਨਾਂ ਦੀ ਪ੍ਰਾਰਥਨਾ ਵੀ ਜਿਹੜੀ ਆ ਉਹ ਉੱਤਰ ਲੈ ਕੇ ਨਹੀਂ ਆਉਂਦੀ, ਕਿਉਂਕਿ ਤੁਹਾਨੂੰ ਤੁਸੀਂ ਹਾਲੇ
ਸੁਣਿਆ ਸੁਣਿਆ ਤੇ ਹੱਥ ਆਦਤ ਬਣ ਗਈ ਆਪਣੇ ਆਪ ਉੱਠਣ ਦੀ, ਮਨ ਨੇ ਨਹੀਂ ਉਠਾਏ ਆਦਤ ਬਣ ਗਈ। ਇੱਕ ਛੋਟਾ ਜਿਹਾ ਬੱਚਾ ਜਿਹਨੂੰ ਬਿਲਕੁਲ ਨਹੀਂ ਮਤਲਬ ਪਤਾ ਕਿ ਹਾਲੇਲੂਇਆ ਦਾ ਮਤਲਬ ਕੀ ਆ, ਉਹਨੇ ਤੁਹਾਨੂੰ ਦੇਖਿਆ ਕਿ ਜਦੋਂ ਤੁਸੀਂ ਹਾਲੇਲੂਇਆ ਕਰਦੇ ਆ ਹੱਥ ਚੱਕਦੇ ਆ, ਉਹ ਤੁਹਾਡੇ ਵੱਲ ਜਿੱਥੇ ਵੀ ਹਾਲੇਲੂਇਆ ਤੁਸੀਂ ਕਰੋਗੇ ਉਹ ਫਟਾਫਟ ਹੱਥ ਚੱਕੇਗਾ। ਉਹਨੂੰ ਕੋਈ ਮਤਲਬ ਨਹੀਂ ਪਤਾ, ਪਰ ਉਹਦੀ ਆਦਤ ਬਣ ਗਈ। ਉਹਨੇ ਤੁਹਾਨੂੰ ਦੇਖਿਆ ਕਿ ਹੱਥ ਚੱਕੀਦੇ ਆ ਜਦੋਂ ਪ੍ਰੇਜ਼ ਕਰੀਦੀ ਆ, ਉਹਨੂੰ ਇਹ ਵੀ ਨਹੀਂ ਪਤਾ ਕਿ ਇਹ ਪ੍ਰੇਜ਼ ਆ, ਇਹ ਮਹਿਮਾ ਆ ਪਰਮੇਸ਼ਵਰ ਦੀ, ਪਰ ਉਹਨੂੰ ਇੰਨਾ ਪਤਾ ਕਿ ਇਹ ਇੱਕ ਆਵਾਜ਼ ਆ, ਹਾਲੇਲੂਇਆ ਇਦਾਂ ਦਾ ਸ਼ਬਦ ਆ ਜੇ ਇਸ ਸ਼ਬਦ ਦੇ ਉੱਤੇ ਮੈਂ ਹੱਥ ਚੱਕਣੇ। ਸੇਮ ਤਰੀਕੇ ਦੇ ਨਾਲ ਬਹੁਤ ਸਾਰੇ ਲੋਕੀ ਇੱਕ ਸਾਊਂਡ ਦੇ ਅਕੋਰਡਿੰਗਲੀ ਚੱਲਦੇ, ਇੱਕ ਆਵਾਜ਼ ਦੇ ਅਨੁਸਾਰ ਚੱਲ ਰਹੇ ਜਿਹਦਾ ਉਹਨਾਂ ਨੂੰ ਮਤਲਬ ਨਹੀਂ ਪਤਾ। ਮੂੰਹ ਉਹਨਾਂ ਦਾ ਧੰਨਵਾਦ ਕਹਿ ਰਿਹਾ ਤੇ ਮਨ ਉਹਨਾਂ ਦਾ ਗਿਲੇ ਸ਼ਿਕਵਿਆਂ ਨਾਲ ਭਰਿਆ ਹੋਇਆ ਹੈ। ਮੂੰਹ ਤੋਂ ਕਹਿ ਰਹੇ ਆ ਕਿ ਪਰਮੇਸ਼ਵਰ ਬਹੁਤ ਮਹਾਨ ਆ ਤੇ ਮਨ ਦੇ ਵਿੱਚ ਉਹਨਾਂ ਦੇ ਬਹੁਤ ਸਾਰੇ ਸ਼ੱਕ ਆ। ਇਹੀ ਕਾਰਨ ਆ ਕਿ ਉਹਨਾਂ ਦੀਆਂ ਪ੍ਰਾਰਥਨਾਵਾਂ ਦਾ ਉੱਤਰ ਨਹੀਂ ਆਉਂਦਾ। ਅਗਰ ਤੁਸੀਂ ਚਾਹੁੰਦੇ ਆ ਤੁਹਾਡੀਆਂ ਵਰਤ ਪ੍ਰਾਰਥਨਾਵਾਂ ਦੇ ਉੱਤਰ ਆਉਣ, ਤਾਂ ਸਿਰਫ ਵਿਸ਼ਵਾਸ ਨਹੀਂ ਕਰਨਾ ਕਿ ਵਰਤ ਰੱਖਣ ਦੇ ਨਾਲ ਕੰਮ ਹੋ ਜਾਣਾ, ਨੇਚਾ ਕਰਕੇ ਵਰਤ ਰੱਖਿਓ ਕਿ ਕੰਮ ਹੋ ਜਾਣਾ। ਹਾਲੇਲੂਇਆ, ਸਿਰਫ ਰੋਟੀ ਹੀ ਨਹੀਂ ਛੱਡਣੀ, ਮੂੰਹ ਨੂੰ ਜਿਹੜੀ ਆਦਤ ਪਈ ਆ ਸਿਰਫ ਉਸੇ ਆਦਤ ਦੇ ਅਨੁਸਾਰ ਹੀ ਨਹੀਂ ਚੱਲਣਾ, ਕੁਛ ਨਵੇਂ ਅੱਖਰ ਬੋਲੋ। ਮਨ ਤੁਹਾਡਾ ਗੱਲਾਂ ਕਰੇ ਪ੍ਰਭੂ ਦੇ ਨਾਲ, ਮਨ ਤੁਹਾਡੇ ਨੂੰ ਪਤਾ ਹੋਵੇ ਕਿ ਮੈਂ ਵਰਤ ਕਿਉਂ ਰੱਖਿਆ ਆ, ਨੇਚਾ ਦੇ ਨਾਲ ਰੱਖੋ ਕਿ ਹਰ ਹਾਲ ਦੇ ਵਿੱਚ ਹੋਊਗਾ ਕੰਮ, ਔਰ ਉਸ ਰੀਤੀ ਨਾਲ ਰੱਖੋ ਜਿਸ ਰੀਤੀ ਨਾਲ ਵਰਤ ਰੱਖਣੇ ਚਾਹੀਦੇ। ਤੁਸੀਂ ਦੇਖਿਓ ਤੁਸੀਂ ਗਵਾਈਆਂ ਨਾਲ ਹੀ ਖੜੇ ਹੋਵੋਗੇ, 100% ਨਹੀਂ 1000% ਗਵਾਈਆਂ ਨਾਲ ਖੜੇ ਹੋਵੋਗੇ, ਕਿਉਂਕਿ ਪਰਮੇਸ਼ਵਰ ਦੀ ਇੱਛਾ ਆ ਤੁਸੀਂ ਕਾਮਯਾਬ ਹੋਵੋ, ਪਰਮੇਸ਼ਵਰ ਦੀ ਇੱਛਾ ਆ ਤੁਸੀਂ ਪ੍ਰੋਸਪਰ ਹੋਵੋ, ਪਰਮੇਸ਼ਵਰ ਦੀ ਇੱਛਾ ਆ ਤੁਹਾਨੂੰ ਸਫਲ ਬਣਾਉਣ ਦੀ। ਪਰਮੇਸ਼ਵਰ ਦੀ ਇੱਛਾ ਇਹ ਨਹੀਂ ਆ ਕਿ ਤੁਸੀਂ ਡਿੱਗੇ ਟੱਠੇ ਰਹੋ, ਤੁਸੀਂ ਬਿਮਾਰੀ ਵਿੱਚ ਪਏ ਰਹੋ, ਇਹ ਤੁਸੀਂ ਚੁਣਦੇ ਆ, ਇਹ ਪਰਮੇਸ਼ਵਰ ਨੇ ਨਹੀਂ ਚੁਣਿਆ। ਤੁਹਾਡੇ ਉੱਤੇ ਬਿਮਾਰੀ ਆਵੇ ਇਹ ਪਰਮੇਸ਼ਵਰ ਨੇ ਨਹੀਂ ਚੁਣਿਆ, ਤੁਹਾਡੇ ਉੱਤੇ ਗਰੀਬੀ ਆਵੇ ਇਹ ਪਰਮੇਸ਼ਵਰ ਦੀ ਇੱਛਾ ਨਹੀਂ ਆ, ਇਹ ਤੁਸੀਂ ਚੁਣਿਆ ਆ। ਹੁਣ ਤੁਸੀਂ ਸੋਚੋਗੇ ਕੌਣ ਚੁਣਦਾ ਆ ਵੀ ਸਾਡੇ ਉੱਤੇ ਗਰੀਬੀ ਆਵੇ, ਕੌਣ ਚੁਣਦਾ ਆ ਸਾਡੇ ਉੱਤੇ ਬਿਮਾਰੀ ਆਵੇ। ਹਾਂ ਬਿਲਕੁਲ ਠੀਕ, ਤੁਸੀਂ ਆਪ ਚੁਣਦੇ ਹੋ। ਨਰਕ ਵਿੱਚ ਉਹ ਲੋਕੀ ਨਹੀਂ ਜਾਣਗੇ ਜਿਨ੍ਹਾਂ ਨੂੰ ਪ੍ਰਭੂ ਨੇ ਛੱਡ ਦਿੱਤਾ, ਉਹ ਲੋਕੀ ਨਰਕ ਵਿੱਚ ਨਹੀਂ ਜਾਣਗੇ ਜਿਨ੍ਹਾਂ ਨੂੰ ਪ੍ਰਭੂ ਨੇ ਛੱਡ ਦਿੱਤਾ। ਤੁਹਾਨੂੰ ਪਤਾ ਨਰਕ 'ਚ ਕਿੰਨੇ ਜਾਣਾ ਆ? ਨਰਕ ਵਿੱਚ ਉਹਨਾਂ ਨੇ ਜਾਣਾ ਜਿਨ੍ਹਾਂ ਲੋਕਾਂ ਨੇ ਪ੍ਰਭੂ ਨੂੰ ਛੱਡ ਦਿੱਤਾ। ਸਮਝ ਲੱਗੀ? ਪ੍ਰਭੂ ਨੇ ਕਿਸੇ ਨੂੰ ਨਹੀਂ ਛੱਡਿਆ, ਲੋਕਾਂ ਨੇ ਪ੍ਰਭੂ ਨੂੰ ਛੱਡਿਆ। ਵਚਨ ਵਿੱਚ ਲਿਖਿਆ ਪਰਮੇਸ਼ਵਰ ਨੇ ਜਗਤ ਨਾਲ ਪਿਆਰ ਕੀਤਾ, ਉਹਨੇ ਨਹੀਂ ਕਿਹਾ ਕਿ ਉਹਨਾਂ ਨਾਲ ਪਿਆਰ ਕੀਤਾ ਜਿਨ੍ਹਾਂ ਨੂੰ ਉਹਨੇ ਸਵਰਗ ਨੂੰ ਲੈ ਕੇ ਜਾਣਾ ਆ। ਪਰਮੇਸ਼ਵਰ ਨੇ ਜਗਤ ਨਾਲ ਪਿਆਰ ਕੀਤਾ, ਸਭਨਾਂ ਦੇ ਨਾਲ, ਔਰ ਸਭਨਾਂ ਦੇ ਲਈ ਪਰਮੇਸ਼ਵਰ ਨੇ ਆਪਣੇ ਪੁੱਤਰ ਨੂੰ ਦਿੱਤਾ ਆ।
ਜਿਹੜੇ ਤਾਂ ਮੰਨ ਲੈਣਗੇ, ਜਿਹੜੇ ਤਾਂ ਵਿਸ਼ਵਾਸ ਕਰ ਲੈਣਗੇ, ਉਹਨਾਂ ਦੇ ਬੇੜੇ ਬੰਨੇ ਲੱਗ ਜਾਣਗੇ। ਤੇ ਜਿਹੜੇ ਕਹਿਣਗੇ ਐਵੇਂ ਹੀ ਆ ਉਦਾਂ ਹੀ ਆ, ਨਰਕ ਨੂੰ ਉਹ ਜਾਣਗੇ। ਇਸ ਲਈ ਯਾਦ ਰੱਖਿਓ, ਨਰਕ ਨੂੰ ਉਹਨਾਂ ਨੇ ਨਹੀਂ ਜਾਣਾ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਛੱਡਿਆ। ਨਰਕ ਨੂੰ ਕਿਹਨੇ ਜਾਣਾ ਆ? ਜਿਨ੍ਹਾਂ ਨੇ ਪਰਮੇਸ਼ਵਰ ਨੂੰ ਛੱਡਿਆ ਆ। ਸੋ ਪਰਮੇਸ਼ਵਰ ਨੂੰ ਅਸੀਂ ਫੜਨਾ ਆ, ਪੱਲਾ ਅਸੀਂ ਫੜਨਾ ਆ ਯਿਸੂ ਮਸੀਹ ਦਾ। ਜ਼ਰੂਰਤ ਸਾਨੂੰ ਆ, ਚੰਗਿਆਈ ਦੀ ਜ਼ਰੂਰਤ ਸਾਨੂੰ ਆ, ਸ਼ਿਫਾ ਦੀ ਜ਼ਰੂਰਤ ਸਾਨੂੰ ਆ, ਬਰਕਤ ਦੀ ਜ਼ਰੂਰਤ ਸਾਨੂੰ ਆ, ਮੁਕਤੀ ਦੀ ਜ਼ਰੂਰਤ ਸਾਨੂੰ ਆ, ਛੁਟਕਾਰੇ ਦੀ ਜ਼ਰੂਰਤ ਸਾਨੂੰ ਆ। ਤੇ ਫਿਰ ਮਿਹਨਤ ਕੌਣ ਕਰੂਗਾ? ਅਸੀਂ ਕਰਨੀ ਆ। ਅਗਰ ਤੁਸੀਂ ਆਪਣੀ ਸਮੱਸਿਆ ਵਿੱਚੋਂ ਬਾਹਰ ਆਉਣਾ ਚਾਹੁੰਦੇ ਆ, ਮਿਹਨਤ ਕਰੋ ਤੇ ਦੱਬ ਕੇ ਕਰੋ। ਜਿਹੜਾ ਮਿਹਨਤ ਕਰਦਾ ਆ, ਵਚਨ ਕਹਿੰਦਾ ਮਸੀਹ ਵਿੱਚ ਕੀਤੀ ਹੋਈ ਮਿਹਨਤ ਵਿਅਰਥ ਨਹੀਂ ਜਾਂਦੀ। ਔਰ ਅੱਜ ਮਾਰਨਿੰਗ ਪ੍ਰੇਅਰ ਦੇ ਵਿੱਚ ਅਸੀਂ ਸਿੱਖਿਆ ਕਿ ਪਰਮੇਸ਼ਵਰ ਦੇ ਵਚਨ ਦੇ ਵਿੱਚ ਲਿਖਿਆ, ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਦਿਨਾਂ ਤੋਂ ਲੈ ਕੇ ਅੱਜ ਤੀਕਰ ਸਵਰਗ ਰਾਜ ਵਿੱਚ ਜ਼ੋਰ ਮਾਰਿਆ ਜਾਂਦਾ, ਤੇ ਜਿਹੜਾ ਜ਼ੋਰ ਮਾਰਦਾ ਆ ਉਹ ਸਵਰਗ ਰਾਜ ਨੂੰ ਖੋ ਕੇ ਲੈ ਜਾਂਦਾ ਆ। ਹਾਲੇਲੂਇਆ! ਅਸੀਂ ਜ਼ੋਰ ਮਾਰਨਾ ਆ। ਇੱਕ ਬੰਦਾ ਆ, ਇੱਕ ਸਟੂਡੈਂਟ ਆ, ਉਹਦੇ 80 ਨੰਬਰ ਆਏ ਆ। ਇੱਕ ਸਟੂਡੈਂਟ ਆ, ਉਹਦੇ 60 ਜਾਂ 40 ਆਏ ਆ। ਹੁਣ ਫਸਟ ਕੌਣ ਆਊਗਾ? ਜਿਹਦੇ ਜ਼ਿਆਦਾ ਨੰਬਰ ਆ। ਤੇ ਜਿਹੜਾ ਦੂਜਾ ਬੱਚਾ ਆ, ਅਗਰ ਉਹਨੇ ਫਸਟ ਆਉਣਾ ਤੇ ਉਹਨੂੰ ਕੀ ਕਰਨਾ ਪਊਗਾ? ਜ਼ੋਰ ਮਾਰਨਾ ਪਊਗਾ, ਉਹਨੂੰ ਵੱਧ ਮਿਹਨਤ ਕਰਨੀ ਪਊਗੀ ਤਾਂ ਜੋ ਉਹਨੇ ਨੰਬਰ ਜਾਂ ਉਸ ਤੋਂ ਵੀ ਵੱਧ ਲੈ ਕੇ ਜਾਵੇ। ਉਨੀ ਮਿਹਨਤ ਕਰੂਗਾ ਤੇ ਉਹਨੇ ਨੰਬਰ ਜ਼ਰੂਰ ਲੈ ਲੂਗਾ, ਤੇ ਉਸ ਤੋਂ ਵੱਧ ਨੰਬਰ ਲੈਣੇ ਤੇ ਉਹਦੇ ਨਾਲੋਂ ਮਿਹਨਤ ਵੀ ਵੱਧ ਕਰਨੀ ਹੋਊਗੀ। ਅਗਰ ਤੁਸੀਂ ਚਾਹੁੰਦੇ ਆ ਕਿ ਜਿਹੜੀਆਂ ਗਵਾਹੀਆਂ ਤੁਸੀਂ ਸੁਣਦੇ ਆ, ਇਦਾਂ ਦੀਆਂ ਗਵਾਹੀਆਂ ਤੁਹਾਡੀਆਂ ਵੀ ਹੋਣ, ਇਦਾਂ ਦੀ ਮਿਹਨਤ ਕਰ ਲਓ। ਔਰ ਅਗਰ ਤੁਸੀਂ ਚਾਹੁੰਦੇ ਇਸ ਤੋਂ ਵੀ ਵੱਡੀਆਂ ਗਵਾਹੀਆਂ ਸਾਡੀਆਂ ਹੋਣ, ਤਾਂ ਇਹਨਾਂ ਨਾਲੋਂ ਵੀ ਜ਼ਿਆਦਾ ਮਿਹਨਤ ਕਰੋ, ਤੁਹਾਡੀਆਂ ਗਵਾਹੀਆਂ ਇਹਨਾਂ ਨਾਲੋਂ ਵੀ ਵੱਡੀਆਂ ਹੋ ਜਾਣਗੀਆਂ। ਪਰਮੇਸ਼ਵਰ ਨੇ ਸਾਡੇ ਲਈ ਸਭ ਕੁਝ ਪੂਰਾ ਕਰ ਦਿੱਤਾ ਹੈ, ਹੁਣ ਸਾਡੀ ਵਾਰੀ ਆ। ਇਨਾਮ ਲਿਆ ਕੇ ਸਜੇ ਹੋਏ ਆ, ਮੁਕਤ ਰੱਖੇ ਹੋਏ ਆ, ਰਾਹ ਤਿਆਰ ਆ। ਤੁਸੀਂ ਦੇਖੋ, ਜਦੋਂ ਐਥਲੀਟ ਦੌੜਨ ਵਾਸਤੇ ਜਾਂਦੇ ਆ, ਲਾਈਨਾਂ ਬੱਜੀਆਂ ਹੁੰਦੀਆਂ ਆ, ਨਿਸ਼ਾਨ ਲੱਗੇ ਹੁੰਦੇ ਆ, ਸਾਈਡ ਤੇ ਟਰਾਫੀਆਂ ਟਿੱਕੀਆਂ ਹੁੰਦੀਆਂ ਆ। ਹੁਣ ਇਹ ਦੌੜਨ ਵਾਲਿਆਂ ਦੇ ਉੱਤੇ ਆ ਕਿ ਕੌਣ ਪਹਿਲਾਂ ਆਪਣੀ ਦੌੜ ਨੂੰ ਪੂਰੀਆਂ ਕਰਦਾ ਹੈ। ਔਰ ਅਗਰ ਤੁਸੀਂ ਇਨਾਮ ਜਿੱਤਣਾ ਆ, ਸੁੱਤੇ ਉੱਠ ਕੇ ਤੁਸੀਂ ਦੌੜ ਕੇ ਨਹੀਂ ਜਿੱਤ ਸਕਦੇ। ਜਿਹੜੇ ਦੌੜਾਂ ਵਿੱਚ ਇਨਾਮ ਜਿੱਤਦੇ ਆ, ਸਾਲ ਸਾਲ ਪਹਿਲਾਂ, ਦੋ ਦੋ ਸਾਲ ਪਹਿਲਾਂ ਉਹ ਆਪਣੇ ਸਾਹ ਨੂੰ ਪਕਾਉਂਦੇ ਆ, ਰੋਜ਼ ਦਿਹਾੜੇ ਐਕਸਰਸਾਈਜ਼ ਕਰਦੇ, ਆਪਣੀ ਡਾਈਟ ਉੱਤੇ ਖਿਆਲ ਰੱਖਦੇ ਆ। ਸਿਰਫ ਉਹਨਾਂ ਨੂੰ ਇਹ ਨਹੀਂ ਆ ਕਿ ਅਸੀਂ ਉਦਣ ਨੂੰ ਤੇਜ਼ ਦੌੜਾਂਗੇ ਤੇ ਅਸੀਂ ਇਨਾਮ ਚੱਕ ਲਵਾਂਗੇ, ਇਦਾਂ ਨਹੀਂ ਹੁੰਦਾ।
ਉਸ ਇਨਾਮ ਨੂੰ ਜਿੱਤਣ ਦੇ ਲਈ ਪਹਿਲਾਂ ਮਿਹਨਤ ਬਹੁਤ ਕਰਨੀ ਪੈਂਦੀ ਹੈ। ਇੱਕ ਦਿਨ ਦੀ ਦੌੜ ਦੌੜਨ ਦੇ ਲਈ ਸਾਲਾਂ ਦੌੜਾਂ ਲਾਉਂਦੇ ਆ ਉਹ ਜਿਹੜੇ ਓਲੰਪਿਕਸ ਦੇ ਵਿੱਚ ਜਾਂਦੇ ਆ। ਇਦਾਂ ਥੋੜੀ ਉਹ ਕਹਿੰਦੇ ਸਾਨੂੰ ਵੀ ਭੱਜਣਾ ਆਉਂਦਾ ਲੈ ਜਾਓ ਸਾਨੂੰ। ਉਹਨਾਂ ਨੇ ਸਾਲਾਂ ਪਹਿਲਾਂ ਮਿਹਨਤਾਂ ਕੀਤੀਆਂ ਆ, ਪਹਿਲਾਂ ਸਕੂਲਾਂ ਵਿੱਚੋਂ ਉਹਨਾਂ ਨੇ ਇਨਾਮ ਜਿੱਤੇ, ਫਿਰ ਕਾਲਜਾਂ ਚੋਂ, ਫਿਰ ਯੂਨੀਵਰਸਿਟੀਜ਼ ਦੇ ਵਿੱਚੋਂ, ਫਿਰ ਜ਼ੋਨ ਚੋਂ, ਫਿਰ ਸਟੇਟ ਵਿੱਚੋਂ, ਫਿਰ ਨੈਸ਼ਨਲ, ਹੁਣ ਇੰਟਰਨੈਸ਼ਨਲ ਦੀ ਵਾਰੀ ਆਈ ਹੈ। ਅਗਰ ਅਸੀਂ ਵੀ ਚਾਹੁੰਦੇ ਹਾਂ ਅਸੀਂ ਇਨਾਮ ਪ੍ਰਾਪਤ ਕਰੀਏ, ਵੱਡੀ ਟੈਸਟੀਮਨੀ ਪ੍ਰਾਪਤ ਕਰੀਏ, ਤਾਂ ਮਿਹਨਤ ਕਰਨੀ ਸ਼ੁਰੂ ਕਰੋ। ਔਰ ਜਿਸ ਦਿਨ ਤੁਹਾਡਾ ਇਮਤਿਹਾਨ ਹੋਏਗਾ ਨਾ, ਉਹ ਇਨਾਮ ਤੁਹਾਨੂੰ ਹੀ ਮਿਲੂਗਾ ਅਗਰ ਤੁਸੀਂ ਮਿਹਨਤ ਚੰਗੀ ਕੀਤੀ ਹੋਊਗੀ। ਹਾਲੇਲੂਇਆ। ਇਸ ਲਈ ਰੋਜ਼ ਮਿਹਨਤ ਕਰੋ। ਪਹਿਲਵਾਨ ਉਸੇ ਦਿਨ ਨਹੀਂ ਘੁਲਦੇ, ਉਹਦੀ ਤਿਆਰੀ ਸਾਲਾਂ ਹੀ ਚੱਲਦੀ ਰਹਿੰਦੀ ਆ ਤੇ ਰੋਜ਼ ਚੱਲਦੀ ਆ। ਤੁਸੀਂ ਸਮੱਸਿਆ ਵਾਲੇ ਦਿਨ ਹੀ ਸ਼ੈਤਾਨ ਨਾਲ ਥੋੜੀ ਲੜਨਾ ਕਿ ਉਦਣ ਹੀ ਤੁਸੀਂ ਪ੍ਰਾਰਥਨਾ ਕਰੋਗੇ ਤੇ ਉਹਨੂੰ ਹਰਾ ਦਿਓਗੇ। ਅਗਰ ਤੁਸੀਂ ਆਤਮਕ ਜੰਗ ਵੀ ਜਿੱਤਣੀ ਆ ਤਾਂ ਰੈਸਲਿੰਗ ਰੋਜ਼ ਕਰਨੀ ਹੋਊਗੀ, ਪ੍ਰੈਕਟਿਸ ਰੋਜ਼ ਕਰਨੀ ਹੋਊਗੀ। ਔਰ ਕਿਹੜੀਆਂ ਚੀਜ਼ਾਂ ਦੇ ਨਾਲ ਪ੍ਰੈਕਟਿਸ ਹੁੰਦੀ ਆ? ਰੋਜ਼ ਤੁਹਾਡੇ ਕੰਪੀਟੀਟਰ ਦੇ ਨਾਲ ਤੁਹਾਡੀ ਪ੍ਰੈਕਟਿਸ ਨਹੀਂ ਹੁੰਦੀ। ਰੋਜ਼ ਤੁਸੀਂ ਆਪਣੇ ਵੈਰੀਆਂ ਨਾਲ ਲੜ ਕੇ ਅਸਲੀ ਲੜਾਈ ਜਿਹੜੀ ਆ ਉਹ ਨਹੀਂ ਜਿੱਤਦੇ। ਇੱਕ ਫੌਜੀ ਬਾਰਡਰ ਦੇ ਉੱਤੇ ਲੜਦਾ ਆ, ਉਹ ਰੋਜ਼ ਆਪਣੇ ਦੇਸ਼ ਦੇ ਬੰਦੇ ਮਾਰ ਕੇ ਵੈਰੀ ਮਾਰਨਾ ਨਹੀਂ ਸਿੱਖਦਾ। ਪਹਿਲਾਂ ਉਹ ਨਿਰਜੀਵ ਚੀਜ਼ਾਂ ਦੇ ਉੱਤੇ, ਨੋਨ ਲਿਵਿੰਗ ਥਿੰਗਸ ਦੇ ਉੱਤੇ ਉਹਨਾਂ ਦੀ ਪ੍ਰੈਕਟਿਸ ਕਰਵਾਈ ਜਾਂਦੀ ਨਿਸ਼ਾਨੇ ਲਾਉਣ ਦੀ। ਪਹਿਲੇ ਦਿਨ ਬੰਦੇ ਨਹੀਂ ਮਰਵਾਏ ਜਾਂਦੇ ਉਹਨਾਂ ਕੋਲੋਂ, ਬੰਦੇ ਦੇ ਆਕਾਰ ਦੀ ਇੱਕ ਡਰਾਇੰਗ ਡਰਾ ਕੀਤੀ ਜਾਂਦੀ ਤੇ ਉਹਨੂੰ ਫਿਰ ਕਿਹਾ ਜਾਂਦਾ ਸਿਰ 'ਚ ਮਾਰ, ਹੱਥ 'ਚ ਮਾਰ, ਲੱਤ 'ਚ ਮਾਰ। ਨਿਸ਼ਾਨਾ ਰੋਜ਼ ਪੱਕਾ ਕਰਨਾ ਪੈਂਦਾ ਔਰ ਲੋੜ ਪੈਣ ਤੇ ਫਿਰ ਉਹ ਆਪਣੇ ਦੁਸ਼ਮਣ ਨੂੰ ਮਾਰਨ ਵਿੱਚ ਉਸ ਦਿਨ ਕਾਮਯਾਬ ਹੁੰਦਾ ਜਿਸ ਦਿਨ ਦੁਸ਼ਮਣ ਉਹਦੇ ਸਾਹਮਣੇ ਆਉਂਦਾ। ਪਰ ਪ੍ਰੈਕਟਿਸ ਐਵਰੀ ਡੇ, ਪ੍ਰੈਕਟਿਸ ਐਡਵਾਂਸ ਦੇ ਵਿੱਚ ਕਰਨੀ ਪੈਂਦੀ ਹੈ। ਤੁਸੀਂ ਰੋਜ਼ ਪੌਲਸ ਕੀ ਕਹਿੰਦਾ, ਮੈਂ ਆਪਣੇ ਆਪ ਨੂੰ ਮਾਰਦਾ ਕੁੱਟਦਾ ਹਾਂ। ਪ੍ਰਤੀ ਦਿਨ ਉਹ ਆਪਣੇ ਆਪ ਦੇ ਨਾਲ ਲੜਦਾ ਹੈ, ਉਹ ਆਪਣੀਆਂ ਖੁਆਇਸ਼ਾਂ ਦੇ ਨਾਲ ਲੜਦਾ ਹੈ। ਤੇ ਇੱਕ ਦਿਨ ਜਿਹੜੀ ਖੁਆਇਸ਼ ਵੈਰੀ ਲੈ ਕੇ ਆਉਂਦਾ ਹੈ ਉਸ ਖੁਆਇਸ਼ ਨੂੰ ਵੀ ਉਹ ਖਤਮ ਕਰ ਦਿੰਦਾ ਹੈ। ਤੇ ਜਦੋਂ ਅਸੀਂ ਆਪਣੀਆਂ ਛੋਟੀਆਂ ਛੋਟੀਆਂ ਖੁਆਇਸ਼ਾਂ ਤੋਂ ਆਜ਼ਾਦ ਨਹੀਂ ਹੋ ਪਾਉਂਦੇ, ਆਪਣੀਆਂ ਛੋਟੀਆਂ ਛੋਟੀਆਂ ਖੁਆਇਸ਼ਾਂ ਦੀ ਗੁਲਾਮੀ ਕਰਨਾ ਸਿੱਖ ਲੈਂਦੇ, ਤੇ ਜਿੱਦਣ ਕੋਈ ਵੱਡੀ ਖੁਆਇਸ਼ ਵੈਰੀ ਲੈ ਕੇ ਆਉਂਦਾ ਅਸੀਂ ਉਹਦੇ ਜਾਲ ਵਿੱਚ ਬਹੁਤ ਸੌਖੇ ਫਸ ਜਾਂਦੇ ਹਾਂ। ਨਿੱਤ ਆਪਣੇ ਨਾਲ, ਆਪਣੇ ਅਕਸ ਨਾਲ, ਆਪਣੇ ਅੰਦਰ ਨਾਲ ਲੜਨਾ ਸਿੱਖੋ, ਆਪਣੇ ਮਨ ਨਾਲ ਲੜਨਾ ਸਿੱਖੋ। ਅਰ ਦੇਖਿਓ ਜਿੱਦਣ ਵਾਰੀ ਵੈਰੀ ਦੇ ਨਾਲ ਲੜਨ ਦੀ ਆਈ ਤਾਂ ਫਤਿਹ ਤੁਹਾਡੀ ਹੋਊਗੀ ਕਿਉਂਕਿ ਤੁਸੀਂ ਲੜਨਾ ਸਿੱਖ ਲਿਆ ਹੈ। ਆਓ ਅਸੀਂ ਦੇਖਦੇ ਹਾਂ ਮੱਤੀ ਦੀ ਪੁਸਤਕ, ਬੁੱਕ ਆਫ ਮੈਥਿਊ ਚੈਪਟਰ ਨੰਬਰ 8, ਮੱਤੀ ਦੀ ਕਿਤਾਬ ਉਹਦਾ 8 ਨੰਬਰ ਅਧਿਆਏ ਤੇ ਉਹਦੀ 23 ਪੰਕਤੀ ਤੋਂ ਦੇਖਦੇ ਹਾਂ 26 ਤੱਕ। ਕਹਿੰਦਾ ਜਾਂ ਉਹ ਬੇੜੀ ਉੱਤੇ ਚੜਿਆ, ਉਹਦੇ ਚੇਲੇ ਉਹਦੇ ਮਗਰ ਆਏ, ਅਰ ਵੇਖੋ ਝੀਲ ਵਿੱਚ ਐਡਾ ਤੂਫਾਨ ਆਇਆ ਜੋ ਬੇੜੀ ਲਹਿਰਾਂ ਵਿੱਚ ਲੁਕਦੀ ਜਾਂਦੀ ਸੀ, ਪਰ ਉਹ ਸੁੱਤਾ ਪਿਆ ਸੀ। ਅਤੇ ਉਹਨਾਂ ਨੇ ਕੋਲ ਆਣ ਕੇ ਉਹਨੂੰ ਜਗਾਇਆ ਅਤੇ ਕਿਹਾ, ਪ੍ਰਭੂ ਜੀ ਬਚਾ, ਅਸੀਂ ਤਾਂ ਮਰ ਚੱਲੇ ਹਾਂ।
ਤਾਂ ਉਹਨੇ ਉਹਨਾਂ ਨੂੰ ਆਖਿਆ ਹੇ ਥੋੜੀ ਪ੍ਰਤੀਤ ਵਾਲਿਓ ਤੁਸੀਂ ਕਿਉਂ ਡਰਦੇ ਹੋ। ਤਦ ਉਹਨੇ ਉੱਠ ਕੇ ਪੌਣ ਅਤੇ ਝੀਲ ਨੂੰ ਦਬਕਾ ਦਿੱਤਾ ਅਤੇ ਵੱਡਾ ਚੈਨ ਹੋ ਗਿਆ। ਹਾਲੇਲੂਇਆ। ਇੱਥੇ ਅਸੀਂ ਇੱਕ ਸੀਨ ਦੇਖਦੇ ਹਾਂ, ਇੱਕ ਝੀਲ ਆ, ਉਹਦੇ ਅੰਦਰ ਇੱਕ ਬੇੜੀ ਆ, ਬੇੜੀ ਦੇ ਵਿੱਚ ਪ੍ਰਭੂ ਵੀ ਆ ਤੇ ਚੇਲੇ ਵੀ ਆ। ਅਚਾਨਕ ਝੀਲ ਦੀਆਂ ਲਹਿਰਾਂ ਉੱਠਣੀਆਂ ਸ਼ੁਰੂ ਹੋ ਗਈਆਂ। ਅਰ ਇਹ ਬੇੜੀ ਆ, ਕੋਈ ਕਰੂਜ਼ ਨਹੀਂ ਆ, ਕੋਈ ਸ਼ਿਪ ਨਹੀਂ ਆ, ਕੋਈ ਸਮੁੰਦਰੀ ਜਹਾਜ਼ ਨਹੀਂ ਆ, ਕਿਉਂਕਿ ਬੇੜੀ ਵਿੱਚ ਤੇ ਸਮੁੰਦਰੀ ਜਹਾਜ਼ ਵਿੱਚ ਬਹੁਤ ਫਰਕ ਆ। ਜੇ ਇਸ ਲੈਵਲ ਤੇ ਸਮੁੰਦਰੀ ਜਹਾਜ਼ ਸਾਹਮਣਾ ਕਰ ਲੈਂਦਾ ਲਹਿਰਾਂ ਦਾ, ਬੇੜੀ ਕੋਲੋਂ ਨਹੀਂ ਹੁੰਦਾ। ਅਰ ਇਹ ਬੇੜੀ ਦੇ ਵਿੱਚ, ਅਰ ਜਦੋਂ ਤੁਸੀਂ ਇਸ ਸਟੋਰੀ ਨੂੰ ਪੂਰਾ ਪੜੋਗੇ ਤਾਂ ਅਸੀਂ ਇੱਕ ਚੀਜ਼ ਨੂੰ ਦੇਖਦੇ, ਕਹਿੰਦੇ ਜਿਹੜੀ ਬੇੜੀ ਆ ਉਹ ਲਹਿਰਾਂ ਵਿੱਚ ਲੁਕਦੀ ਜਾ ਰਹੀ ਸੀ, ਮਤਲਬ ਲਹਿਰਾਂ ਇੰਨੀਆਂ ਉੱਚੀਆਂ ਸੀ, ਇੰਨੀ ਜ਼ਿਆਦਾ ਹਲਚਲ ਸੀ ਝੀਲ ਦੇ ਅੰਦਰ। ਪ੍ਰਭੂ ਯਿਸੂ ਵੀ ਉਸੇ ਬੇੜੀ ਦੇ ਵਿੱਚ ਪਰ ਸੁੱਤੇ ਹੋਏ ਆ। ਅਰ ਚੇਲੇ ਜਿਹੜੇ ਰੋਜ਼ ਰੋਜ਼ ਨਾਲ ਰਹਿੰਦੇ ਆ, ਅਰ ਉਹ ਚੇਲੇ ਜਿਨ੍ਹਾਂ ਨੇ ਅੱਜ ਦੇ ਦਿਨ ਵੀ ਵੱਡੇ ਵੱਡੇ ਮਿਰਕਲਸ ਜਿਹੜੇ ਆ ਦੇਖੇ, ਸੇਮ ਡੇ ਜਿੱਦਣ ਉਹ ਬੇੜੀ ਵਿੱਚ ਸੀ ਉਹਨਾਂ ਨੇ ਉਦਣ ਵੀ ਬਹੁਤ ਚਮਤਕਾਰ ਦੇਖੇ, ਉਹ ਚੇਲੇ ਉਸ ਬੇੜੀ ਦੇ ਵਿੱਚ ਵੀ ਆ। ਪਰ ਹੋਇਆ ਕੀ, ਭੱਜ ਕੇ ਗਏ ਪ੍ਰਭੂ ਦੇ ਕੋਲੇ, ਉੱਠੋ ਉੱਠੋ ਪ੍ਰਭੂ ਜੀ ਬਚਾ ਲਓ, ਅਸੀਂ ਤਾਂ ਮਰ ਚੱਲੇ ਆ। ਤੇ ਪ੍ਰਭੂ ਨੇ ਉੱਠਦੇ ਹੀ ਉਹਨਾਂ ਨੂੰ ਇੱਕ ਕੀ ਪੁੱਛਿਆ, ਕੀ ਹੋਇਆ ਪੁੱਛਿਆ। ਉਹਨੇ ਕਿਹਾ ਥੋੜੀ ਪ੍ਰਤੀਤ ਵਾਲਿਓ, ਉਹਨੇ ਝਿੜਕਿਆ ਆ, ਪ੍ਰਭੂ ਨੇ ਇੱਥੇ ਚੇਲਿਆਂ ਨੂੰ ਝਿੜਕਿਆ, ਕਹਿੰਦਾ ਤਾਂ ਉਹਨੇ ਉਹਨਾਂ ਨੂੰ ਆਖਿਆ ਹੇ ਥੋੜੀ ਪ੍ਰਤੀਤ ਵਾਲਿਓ ਤੁਸੀਂ ਕਿਉਂ ਡਰਦੇ ਹੋ। ਤਾਂ ਪ੍ਰਭੂ ਨੇ ਉੱਠ ਕੇ ਉਹਨਾਂ ਲਹਿਰਾਂ ਨੂੰ ਝਿੜਕਿਆ ਤੇ ਵੱਡਾ ਚੈਨ ਹੋ ਗਿਆ, ਐਨ ਸ਼ਾਂਤੀ ਹੋ ਗਈ। ਬਹੁਤ ਵਾਰੀ ਅਸੀਂ ਇਸੇ ਗੱਲ ਦੇ ਵਿੱਚ ਬਸ ਰਹਿੰਦੇ ਹਾਂ, ਅਸੀਂ ਚਰਚ ਨੂੰ ਜਾਂਦੇ ਹਾਂ, ਅਸੀਂ ਪ੍ਰਾਰਥਨਾ ਕਰਦੇ ਹਾਂ, ਪ੍ਰਭੂ ਸਾਡੇ ਨਾਲ ਆ, ਸਾਨੂੰ ਕੁਛ ਨਹੀਂ ਹੋਣਾ। ਇੱਥੇ ਵੀ ਪ੍ਰਭੂ ਯਿਸੂ ਮਸੀਹ ਇਹਨਾਂ ਦੇ ਨਾਲ ਹੀ ਆ, ਸੇਮ ਕਿਸ਼ਤੀ ਦੇ ਵਿੱਚ। ਅਸੀਂ ਤਾਂ ਆਤਮਕ ਰੀਤੀ ਦੇ ਨਾਲ ਸੋਚਦੇ ਹਾਂ, ਤਾਂ ਫਿਜ਼ੀਕਲੀ ਸਰੀਰਕ ਤੌਰ ਤੇ ਪ੍ਰਭੂ ਨਾਲ ਆ, ਫਿਰ ਵੀ ਕਿਸ਼ਤੀ ਤੂਫਾਨ ਦੇ ਵਿੱਚ ਆ, ਫਿਰ ਵੀ ਲਹਿਰਾਂ ਉੱਠ ਰਹੀਆਂ। ਅਰ ਘਬਰਾ ਵੀ ਕੌਣ ਰਿਹਾ ਜਿਨ੍ਹਾਂ ਨੇ ਸਾਰੇ ਚਮਤਕਾਰ ਦੇਖੇ ਆ, ਗੱਲਾਂ ਸੁਣੀਆਂ, ਰੋਜ਼ ਵਚਨ ਸੁਣਦੇ ਆ, ਘਬਰਾ ਵੀ ਹੋ ਰਹੇ ਆ। ਅੱਜ ਬਹੁਤ ਸਾਰੇ ਲੋਕ ਸਿਰਫ ਇਸ ਚੀਜ਼ ਦਾ ਕਰਕੇ ਲਾਪਰਵਾਹ ਹੁੰਦੇ ਆ, ਪਾਸਟਰ ਜੀ ਸਾਡੇ ਲਈ ਪ੍ਰੇਅਰ ਕਰਦੇ ਆ, ਪ੍ਰਭੂ ਯਿਸੂ ਮਸੀਹ ਸਾਨੂੰ ਦੇਖ ਰਹੇ ਆ, ਪ੍ਰਭੂ ਯਿਸੂ ਮਸੀਹ ਹੈਗੇ ਆ ਨਾ, ਬਪਤਿਸਮਾ ਹੀ ਲਿਆ ਆ, ਕੋਈ ਗੱਲ ਨਹੀਂ। ਅਗਰ ਤੁਸੀਂ ਬਪਤਿਸਮਾ ਲਿਆ ਆ, ਤੁਸੀਂ ਚਰਚ ਆਉਂਦੇ ਹੋ, ਪਾਸਟਰ ਜੀ ਤੁਹਾਡੇ ਲਈ ਪ੍ਰੇਅਰ ਕਰਦੇ, ਇਹਦਾ ਮਤਲਬ ਇਹ ਨਹੀਂ ਆ ਕਿ ਤੁਹਾਡੇ ਜੀਵਨ ਦੇ ਵਿੱਚ ਕੋਈ ਕਸ਼ਟ ਨਹੀਂ ਆਉਣਾ। ਤੁਹਾਡੇ ਜੀਵਨ ਦੇ ਵਿੱਚ ਕਸ਼ਟ ਆ ਸਕਦਾ ਆ, ਪਰ ਇਹਦੀ ਬਜਾਏ ਕਿ ਰਾਤ ਨੂੰ ਕਸ਼ਟ ਆਇਆ ਤੇ ਤੁਸੀਂ ਉਸੇ ਵੇਲੇ ਉੱਠ ਕੇ ਚਰਚ ਵੱਲ ਨੂੰ ਭੱਜੋ, ਤੁਹਾਨੂੰ
ਨਹੀਂ ਤੇ ਤੁਸੀਂ ਉੱਠ ਕੇ ਦੇਖੋ ਕਿ ਹੁਣ ਮੈਂ ਕਿੱਥੇ ਜਾਵਾਂ, ਕਦੋਂ ਵੀਰਵਾਰ ਆਵੇ, ਕਦੋਂ ਐਤਵਾਰ ਆਵੇ, ਮੈਂ ਚਰਚ ਜਾਵਾਂ ਤੇ ਮੇਰੇ ਲਈ ਕੋਈ ਪ੍ਰਾਰਥਨਾ ਕਰੇ। ਤੁਹਾਨੂੰ ਖੁਦ ਨੂੰ ਜਾਂਚ ਹੋਣੀ ਚਾਹੀਦੀ ਹੈ ਪ੍ਰਾਰਥਨਾ ਕਰਨ ਦੀ। ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਕਿਉਂ ਕਿਹਾ ਥੋੜੀ ਪ੍ਰਤੀਤ ਵਾਲਿਓ? ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਇਹ ਗੱਲ ਪਹਿਲਾਂ ਕਹਿ ਦਿੱਤੀ ਸੀ ਕਿ ਤੁਹਾਡੇ ਕੋਲੇ ਅਧਿਕਾਰ ਆ, ਸਭ ਚੀਜ਼ਾਂ ਤੁਹਾਡੇ ਵੱਸ ਵਿੱਚ ਕੀਤੀਆਂ ਗਈਆਂ ਆ। ਉਹ ਵਚਨਾਂ ਦੇ ਰਾਹੀਂ ਰੋਜ਼ ਉਹਨਾਂ ਨੂੰ ਇਹ ਗੱਲ ਸਮਝਾਉਂਦੇ ਸੀਗੇ ਕਿ ਵਿਸ਼ਵਾਸ ਕਰਨ ਵਾਲਿਆਂ ਲਈ ਸਭ ਕੁਝ ਹੋ ਸਕਦਾ ਹੈ। ਉਹਨਾਂ ਦੇ ਸਾਹਮਣੇ ਉਹ ਜਿਨ੍ਹਾਂ ਨੂੰ ਚੰਗੇ ਕਰਦੇ ਸੀ ਉਹਨਾਂ ਨੂੰ ਕਹਿੰਦੇ, ਜਿੱਦਾਂ ਤੇਰੀ ਨੇਚਾ ਆ ਉਦਾਂ ਤੇਰੇ ਨਾਲ ਹੋ ਜਾਵੇ। ਜੇ ਉਹ ਚੇਲੇ ਧਿਆਨ ਨਾਲ ਇਸ ਗੱਲ ਨੂੰ ਸੁਣਦੇ ਤੇ ਆਪਣੇ ਅੰਦਰ ਰੱਖਦੇ ਤੇ ਉਹ ਨੇਚਾ ਕਰਕੇ ਕਹਿੰਦੇ ਵੀ ਇਹ ਲਹਿਰਾਂ ਥੰਮ ਜਾਣ, ਮੇਰੀ ਨੇਚਾ ਆ ਕਿ ਮੇਰੇ ਕਹਿਣ ਨਾਲ ਇਹਨਾਂ ਨੂੰ ਥੰਮਣਾ ਪੈਣਾ ਹੈ। ਪਤਾ ਉਹਨਾਂ ਲਹਿਰਾਂ ਨੇ ਥੰਮ ਜਾਣਾ ਸੀ, ਉਹਨਾਂ ਨੇ ਲਹਿਰਾਂ ਨੂੰ ਕਹਿਣ ਦੀ ਥਾਂ ਤੇ ਉਹ ਉੱਠ ਕੇ ਪ੍ਰਭੂ ਵੱਲ ਨੂੰ ਭੱਜੇ ਕਿ ਪ੍ਰਭੂ ਅਸੀਂ ਮਾਰ ਚੱਲੇ, ਸਾਨੂੰ ਬਚਾ। ਪਰ ਪ੍ਰਭੂ ਦੀ ਇੱਛਾ ਕੀ ਸੀਗੀ? ਜੇ ਪ੍ਰਭੂ ਦੀ ਇੱਛਾ ਇਹੀ ਹੁੰਦੀ ਕਿ ਚੇਲੇ ਪ੍ਰਭੂ ਨੂੰ ਜਗਾਉਣ ਤੇ ਪ੍ਰਭੂ ਹੀ ਝੀਲ ਨੂੰ ਝੜਕਣ, ਝੀਲ ਸ਼ਾਂਤ ਹੋਵੇ, ਪ੍ਰਭੂ ਨੇ ਉਹਨਾਂ ਨੂੰ ਥੋੜੀ ਪ੍ਰਤੀਤ ਵਾਲੇ ਨਹੀਂ ਕਹਿਣਾ ਸੀ। ਪ੍ਰਭੂ ਨੇ ਉਹਨਾਂ ਨੂੰ ਕਹਿਣਾ ਸੀ ਸ਼ਾਬਾਸ਼, ਵੈਰੀ ਗੁੱਡ, ਮੈਂ ਹੀ ਚਾਹੁੰਦਾ ਸੀਗਾ ਕਿ ਤੁਸੀਂ ਮੇਰੇ ਤੱਕ ਆਓ। ਪਰ ਪ੍ਰਭੂ ਨੇ ਕਿਹਾ ਥੋੜੀ ਪ੍ਰਤੀਤ ਵਾਲਿਓ, ਕਿਉਂ ਡਰਦੇ ਹੋ? ਅਗਰ ਤੁਹਾਡੇ ਜੀਵਨ ਦੇ ਵਿੱਚ ਕੋਈ ਕਸ਼ਟ ਆ, ਡਰੋ ਨਾ, ਘਬਰਾਓ ਨਾ, ਉਸ ਕਸ਼ਟ ਦਾ ਸਾਹਮਣਾ ਕਰੋ ਤੇ ਉਹਨੂੰ ਝਿੜਕ ਦਿਓ, ਉਹਨੂੰ ਕਹੋ ਬਾਈ ਨੇਮ, ਉਹਨੂੰ ਕਮੈਂਡ ਕਰੋ ਕਿ ਮੇਰੇ ਜੀਵਨ ਵਿੱਚੋਂ ਨਿਕਲ ਜਾ। ਕੈਂਸਰ ਆ ਨਾ, ਕੈਂਸਰ ਨੂੰ ਝਿੜਕੋ। ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਮੈਂ ਕੈਂਸਰ ਨੂੰ ਕਹਿੰਦਾ ਆ, ਕਹਿੰਦੀ ਆ, ਨਿਕਲ ਜਾ। ਕੋਈ ਕਰਜ਼ਾ ਆ ਤੇ ਕਰਜ਼ੇ ਨੂੰ ਝਿੜਕੋ। ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਮੈਂ ਕਹਿਣਾ ਆ, ਕਹਿੰਨੀ ਆ, ਇਹ ਕਰਜ਼ਾ ਖਤਮ ਹੋ ਜਾਏ। ਤੁਸੀਂ ਦੇਖਿਓ ਜਦੋਂ ਤੁਸੀਂ ਟਿਕਣਾ ਸ਼ੁਰੂ ਕਰੋਗੇ, ਇਹ ਚਾਰ ਚੁਫੇਰਾ ਸ਼ਬਦਾਂ ਨੂੰ ਸੁਣਦਾ ਆ ਤੇ ਜੋ ਸ਼ਬਦ ਤੁਸੀਂ ਬੋਲਦੇ ਉਦਾਂ ਹੁੰਦਾ ਆ, ਤੁਹਾਡੇ ਲਈ ਵੀ ਹੋ ਜਾਊਗਾ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ। ਅੱਜ ਸਾਡੇ ਜੀਵਨ ਦੇ ਵਿੱਚ ਯਿਸੂ ਮਸੀਹ ਹੈ ਕਿਉਂਕਿ ਅਸੀਂ ਤੌਬਾ ਕੀਤੀ ਆ, ਅਸੀਂ ਬਪਤਿਸਮਾ ਲਿਆ ਆ। ਪਰ ਬਹੁਤ ਸਾਰਿਆਂ ਦੇ ਜੀਵਨ ਵਿੱਚ ਯਿਸੂ ਸੁੱਤੇ ਹੋਏ ਆ। ਅਸਲ ਵਿੱਚ ਇੱਥੇ ਵੀ ਯਿਸੂ ਸੁੱਤੇ ਹੋਏ ਨਹੀਂ ਸੀ। ਚੇਲਿਆਂ ਦੀ ਸੋਚ ਦੇ ਅੰਦਰ ਸੁੱਤੇ ਹੋਏ ਸੀ। ਉਹ ਤਾਂ ਨਾ ਸੌਂਦਾ ਤੇ ਨਾ ਊਂਗਦਾ, ਹਾਲੇਲੂਇਆ, ਨਾ ਉਹ ਸੌਂਦਾ ਤੇ ਨਾ ਊਂਗਦਾ। ਉਹ ਲੇਜ਼ੀ ਨਹੀਂ ਆ, ਅਨਅਵੇਲੇਬਲ ਨਹੀਂ ਆ। ਉਹਨੇ ਕਿਹਾ ਨਹੀਂ ਕੋਈ ਨੀ ਤੂੰ ਕਰ, ਮੈਂ ਆਉਣਾ ਆ। ਉਹਨੇ ਕਿਹਾ ਮੈਂ ਹੈਗਾ ਆ, ਮੈਂ ਹਾਂ, ਆਈ ਵਿਲ ਨਹੀਂ ਕਿਹਾ, ਉਹਨੇ ਕਿਹਾ ਆਈ ਐਮ। ਅੱਜ ਸਾਡੇ ਜੀਵਨ ਵਿੱਚ ਵੀ ਪਰਮੇਸ਼ਵਰ ਹੈ, ਯਿਸੂ ਹੈ। ਕਦੀ ਤੁਸੀਂ ਦੇਖਿਆ ਆਪਣੇ ਜੀਵਨ ਦੇ ਵਿੱਚ ਯਿਸੂ ਨੂੰ, ਪ੍ਰਭੂ ਜੀ ਨੂੰ ਦੇਖਿਆ ਕਦੀ ਕਿਸੇ ਨੇ? ਦੇਖਿਆ, ਮੈਂ ਦੇਖਿਆ।
ਤੁਹਾਨੂੰ ਦਿਖਾਉਣ ਲੱਗੀ ਆ, ਧਿਆਨ ਨਾਲ ਦੇਖਿਓ। ਇਹ ਆਦਿ ਵਿੱਚ ਸ਼ਬਦ ਸੀ, ਸ਼ਬਦ ਪਰਮੇਸ਼ਵਰ ਦੇ ਸੰਗ ਸੀ, ਸ਼ਬਦ ਹੀ ਪਰਮੇਸ਼ਵਰ ਸੀ, ਸ਼ਬਦ ਦੇ ਦੁਆਰਾ ਸਭ ਕੁਝ ਰਚਿਆ ਗਿਆ ਤੇ ਇੱਕ ਵੀ ਰਚਨਾ ਸ਼ਬਦ ਤੋਂ ਬਾਹਰ ਨਾ ਸੀ। ਸ਼ਬਦ ਦੇਹਧਾਰੀ ਹੋਇਆ ਤੇ ਅਸਾਂ ਉਹਦਾ ਤੇਜ ਪਿਤਾ ਦੇ ਇਕਲੌਤੇ ਦੇ ਤੇਜ ਜਿਹਾ ਡਿੱਠਾ, ਇਹ ਯਸੂ ਆ। ਹਾਲੇਲੂਇਆ। ਅਗਰ ਤੁਹਾਡੇ ਦਿਲਾਂ ਦੇ ਅੰਦਰ ਵਚਨ ਆ ਤਾਂ ਤੁਹਾਡੇ ਦਿਲਾਂ ਦੇ ਅੰਦਰ ਯਸੂ ਆ, ਪਰ ਅਗਰ ਤੁਸੀਂ ਉਸ ਵਚਨ ਨੂੰ ਯੂਜ਼ ਨਹੀਂ ਕਰ ਰਹੇ, ਅਗਰ ਤੁਸੀਂ ਉਸ ਵਚਨ ਦੇ ਅਨੁਸਾਰ ਨਹੀਂ ਚੱਲ ਰਹੇ ਤਾਂ ਯਸੂ ਤੁਹਾਡੇ ਜੀਵਨ ਵਿੱਚ ਸੁੱਤੇ ਹੋਏ ਆ। ਜਦੋਂ ਤੁਸੀਂ ਵਚਨ ਨੂੰ ਇਸਤੇਮਾਲ ਕਰਦੇ ਹੋ ਉਹ ਵਚਨ ਨਹੀਂ, ਉਹ ਯਸੂ ਕੰਮ ਕਰਦਾ ਆ। ਹਾਲੇਲੂਇਆ। ਉਹ ਤੁਹਾਡੇ ਮੂੰਹ ਦੇ ਸ਼ਬਦ ਨਹੀਂ ਆ। ਜਦੋਂ ਤੁਸੀਂ ਕਹਿੰਦੇ ਆ ਮੈਂ ਕਹਿੰਦਾ ਆ ਯਸੂ ਨਾਮ ਚ ਦੁਸ਼ਟ ਆਤਮਾ ਨਿਕਲ ਜਾਏ ਤਾਂ ਯਸੂ ਬਾਹ ਫੜ ਕੇ ਉਸ ਦੁਸ਼ਟ ਆਤਮਾ ਨੂੰ ਬਾਹਰ ਕਰਦਾ ਆ, ਉਹ ਵਚਨ ਨਹੀਂ, ਉਹ ਯਸੂ ਆ। ਜਦੋਂ ਤੁਸੀਂ ਕਹਿੰਦੇ ਹੋ ਮੈਂ ਯਸੂ ਮਸੀਹ ਦੇ ਮਾਰ ਖਾਣ ਨਾਲ ਚੰਗਾ ਕੀਤਾ ਗਿਆ ਆ, ਉਹ ਤੁਹਾਡੇ ਮੂੰਹ ਦੇ ਸਧਾਰਨ ਸ਼ਬਦ ਨਹੀਂ ਆ। ਉਸ ਵੇਲੇ ਯਸੂ ਮਸੀਹ ਦਾ ਹੱਥ ਤੁਹਾਨੂੰ ਛੂ ਰਿਹਾ ਹੁੰਦਾ ਔਰ ਤੁਸੀਂ ਚੰਗੇ ਹੋ ਰਹੇ ਹੁੰਦੇ ਹੋ, ਉਹ ਯਸੂ ਆ। ਤੁਸੀਂ ਯਸੂ ਦੀ ਕੋਈ ਤਸਵੀਰ ਨਹੀਂ ਬਣਾ ਸਕਦੇ, ਤੁਸੀਂ ਯਸੂ ਮਸੀਹ ਨੂੰ ਹੋਰ ਕਿਸੇ ਵੀ ਤਰੀਕੇ ਨਾਲ ਮਹਿਸੂਸ ਨਹੀਂ ਕਰ ਸਕਦੇ, ਦੇਖ ਨਹੀਂ ਸਕਦੇ, ਪਰ ਜਦੋਂ ਤੁਸੀਂ ਵਚਨ ਨੂੰ ਦੇਖੋਗੇ ਤੁਸੀਂ ਯਸੂ ਮਸੀਹ ਨੂੰ ਦੇਖੋਗੇ। ਇਸ ਲਈ ਕਦੀ ਵੀ ਵਚਨ ਨੂੰ ਸੁਣ ਕੇ ਜਦੋਂ ਤੁਸੀਂ ਭੁਲਾ ਦਿੰਦੇ ਹੋ ਇਹ ਨਾ ਸੋਚਿਓ ਕਿ ਤੁਸੀਂ ਅੱਜ ਦੇ ਪ੍ਰਚਾਰ ਨੂੰ ਭੁਲਾਇਆ ਹੈ, ਤੁਸੀਂ ਇਹ ਸੋਚਿਓ ਕਿ ਅੱਜ ਮੈਨੂੰ ਯਸੂ ਮਸੀਹ ਮਿਲੇ ਸੀ ਤੇ ਜਿਹੜੀਆਂ ਗੱਲਾਂ ਕੀਤੀਆਂ ਸੀ ਸਾਰੀਆਂ ਹੀ ਭੁੱਲ ਗਈਆਂ। ਜਦੋਂ ਤੁਸੀਂ ਇਹ ਸੋਚ ਕੇ ਵਚਨ ਸੁਣੋਗੇ ਕਿ ਮੇਰੇ ਨਾਲ ਪਾਸਟਰ ਗੁਰਸ਼ਰਨ ਨਹੀਂ, ਮੇਰੇ ਨਾਲ ਪਾਸਟਰ ਦਿਓਲ ਜੀ ਨਹੀਂ, ਮੇਰੇ ਨਾਲ ਯਸੂ ਮਸੀਹ ਗੱਲ ਕਰ ਰਹੇ ਆ, ਮੇਰੇ ਨਾਲ ਵਚਨ ਦੇ ਦੁਆਰਾ ਸਾਕਸ਼ਾਤ ਸਰਵ ਸ਼ਕਤੀਮਾਨ ਪਰਮੇਸ਼ਵਰ ਜੀ ਗੱਲ ਕਰ ਰਹੇ ਆ, ਆਖਿਓ ਤੁਹਾਨੂੰ ਕਦੀ ਵਚਨ ਭੁੱਲ ਜਾਵੇ, ਕਦੀ ਵਚਨ ਨਹੀਂ ਭੁੱਲੇਗਾ। ਤੁਹਾਨੂੰ ਵਚਨ ਇਸ ਲਈ ਭੁੱਲਦਾ ਕਿਉਂਕਿ ਤੁਹਾਨੂੰ ਪਤਾ ਨਹੀਂ ਵਚਨ ਕੌਣ ਆ, ਤੁਹਾਨੂੰ ਪਤਾ ਨਹੀਂ ਵਚਨ ਕੀ ਆ, ਤੁਹਾਨੂੰ ਪਤਾ ਨਹੀਂ ਵਚਨ ਦੀ ਸਮਰੱਥ ਕੀ ਆ। ਜਦੋਂ ਇੱਥੋਂ ਪ੍ਰਾਰਥਨਾ ਹੁੰਦੀ ਆ ਕੰਮ ਕਿਉਂ ਹੁੰਦੇ ਆ, ਕਿਉਂਕਿ ਇੱਥੋਂ ਪ੍ਰਾਰਥਨਾ ਯਸੂ ਨਾਮ ਚ ਕੀਤੀ ਜਾਂਦੀ ਹੈ, ਵਚਨ ਦੇ ਦੁਆਰਾ ਕੀਤੀ ਜਾਂਦੀ ਹੈ, ਵਚਨ ਬੋਲ ਬੋਲ ਕੇ ਪ੍ਰਾਰਥਨਾ ਕੀਤੀ ਜਾਂਦੀ ਆ। ਉਸ ਵੇਲੇ ਜਦੋਂ ਬੋਲਿਆ ਜਾਂਦਾ ਆ ਕਿ ਯਸੂ ਨਾਮ ਚ ਕੈਂਸਰ ਵਾਲੇ ਚੰਗੇ ਹੋ ਜਾਣ, ਜਿੱਥੇ ਵੀ ਕੈਂਸਰ ਵਾਲਾ ਆ ਪ੍ਰਭੂ ਯਸੂ ਮਸੀਹ ਦਾ ਆਤਮਾ ਉਹਨੂੰ ਜਾ ਕੇ ਛੂੰਦਾ ਤੇ ਉਹ ਚੰਗਾ ਹੋ ਜਾਂਦਾ, ਜਦੋਂ ਕਿਹਾ ਜਾਂਦਾ ਆ ਅੰਨਿਆਂ ਨੂੰ ਅੱਖੀਆਂ ਮਿਲ ਜਾਣ ਯਸੂ ਨਾਮ ਚ, ਜਿੰਨੇ ਵੀ ਅੰਨੇ ਹੁੰਦੇ ਆ ਯਸੂ ਮਸੀਹ ਉਹਨਾਂ ਦੀਆਂ ਅੱਖਾਂ ਨੂੰ ਉਸ ਵੇਲੇ ਛੂ ਰਹੇ ਹੁੰਦੇ ਆ ਤੇ ਉਹਨਾਂ ਦੀਆਂ ਅੱਖਾਂ ਹੀਲ ਹੋ ਜਾਂਦੀਆਂ ਆ। ਕਿਉਂ? ਸਿਰਫ ਉਹਨਾਂ ਦੀਆਂ ਹੁੰਦੀਆਂ ਆ ਜਿਹੜੇ ਮੰਨਦੇ ਕਿ ਵਚਨ ਨਹੀਂ ਆ ਪਰ ਯਸੂ ਹੀ ਵਚਨ ਆ, ਇਹ ਸਧਾਰਨ ਵਚਨ ਨਹੀਂ ਆ, ਇਹ ਸਧਾਰਨ ਸ਼ਬਦ ਨਹੀਂ ਆ। ਮੇਰੀਆਂ ਅੱਖਾਂ ਨੂੰ ਪਰਮੇਸ਼ਵਰ ਛੂ ਰਹੇ ਆ, ਮੇਰੀ ਜੀਭ ਨੂੰ ਪਰਮੇਸ਼ਵਰ ਛੂ ਰਹੇ ਆ, ਮੇਰੇ ਤਨ ਮਨ ਧਨ ਨੂੰ ਪਰਮੇਸ਼ਵਰ ਛੂ ਰਹੇ ਆ। ਉਹ ਲੋਕੀ ਗਵਾਹੀਆਂ ਨਾਲ ਆਉਂਦੇ ਆ,
ਤੇ ਜਿਹੜਾ ਸਿਰਫ ਇਹੀ ਸੋਚਦਾ ਕਿ ਬੋਲਿਆ ਜਾ ਰਿਹਾ ਉਹਦੇ ਲਈ ਬਸ ਫਿਰ ਬੋਲਿਆ ਹੀ ਜਾ ਰਿਹਾ ਹੈ। ਇਹ ਨੇਚਰ ਹੈ ਕਿ ਜੋ ਵੀ ਸ਼ਬਦ ਆ ਇਹ ਯਿਸੂ ਮਸੀਹ ਹੀ ਆ, ਇਹ ਪਰਮੇਸ਼ਵਰ ਹੀ ਆ। ਔਰ ਜਦੋਂ ਤੁਸੀਂ ਘਰ ਵਿੱਚ ਵੀ ਸ਼ਬਦ ਬੋਲ ਬੋਲ ਕੇ, ਵਚਨ ਬੋਲ ਬੋਲ ਕੇ ਪ੍ਰਾਰਥਨਾ ਕਰੋਗੇ, ਮਤਲਬ ਤੁਹਾਡੇ ਜੀਵਨ ਵਿੱਚ ਯਿਸੂ ਜਾਗ ਰਹੇ ਆ ਤੇ ਉੱਠਣ ਵਾਲੀਆਂ ਲਹਿਰਾਂ ਨੂੰ ਝਿੜਕ ਰਹੇ ਆ, ਔਰ ਸਭ ਕੁਛ ਦੇ ਵਿੱਚ ਵੱਡਾ ਚੈਨ ਹੋ ਰਿਹਾ ਹੈ। ਹਾਲੇਲੂਇਆ, ਹਾਲੇਲੂਇਆ। ਅੱਜ ਤੋਂ ਇਹਨਾਂ ਵਚਨਾਂ ਨੂੰ ਸਧਾਰਨ ਸਮਝਣਾ ਬੰਦ ਕਰ ਦਿਓ। ਇਹਨਾਂ ਵਚਨਾਂ ਨੂੰ ਊੜਾ ਐੜਾ ਈੜੀ ਏ ਬੀ ਸੀ ਡੀ ਕਾ ਖਾ ਗਾ ਸਮਝਣਾ ਬੰਦ ਕਰ ਦਿਓ। ਇਹ ਵਚਨ ਸਾਕਸ਼ਾਤ ਪਰਮੇਸ਼ਵਰ ਦੇ ਮੂੰਹ ਦੀਆਂ ਗੱਲਾਂ ਆ, ਪਰਮੇਸ਼ਵਰ ਦੇ ਮਨ ਦੀਆਂ ਗੱਲਾਂ ਆ, ਖੁਦ ਪਰਮੇਸ਼ਵਰ। ਹਾਲੇਲੂਇਆ, ਹਾਲੇਲੂਇਆ। ਔਰ ਜਦੋਂ ਤੁਹਾਨੂੰ ਇਹ ਗੱਲ ਸਮਝ ਆ ਗਈ, ਤੁਹਾਡੇ ਜੀਵਨ ਦੇ ਸਾਰੇ ਕਸ਼ਟ ਖਤਮ ਹੋ ਜਾਣਗੇ, ਤੁਹਾਡੇ ਅੰਦਰੋਂ ਸਭ ਬਿਮਾਰੀਆਂ ਖਤਮ ਹੋ ਜਾਣਗੀਆਂ, ਤੁਹਾਡੇ ਜੀਵਨ ਦੀਆਂ ਸਭ ਤੰਗੀਆਂ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ, ਕਿਉਂਕਿ ਪਰਮੇਸ਼ਵਰ ਤੁਹਾਡੇ ਅੰਦਰ ਜੀ ਉੱਠੇਗਾ, ਪਰਮੇਸ਼ਵਰ ਤੁਹਾਡੇ ਜੀਵਨ ਵਿੱਚ ਜਾਗ ਪਏਗਾ, ਔਰ ਤੁਹਾਡੀ ਹਰ ਮੁਸੀਬਤ ਨੂੰ ਝਿੜਕੇਗਾ ਤੇ ਤੁਸੀਂ ਵੱਡੀਆਂ ਗਵਾਹੀਆਂ ਨਾਲ ਆਓਗੇ। ਪਰਮੇਸ਼ਵਰ ਦੀ ਕਿਰਪਾ ਹੁਣ ਤੋਂ ਹਮੇਸ਼ਾ ਹਮੇਸ਼ਾ ਤੀਕਰ ਪਰਮੇਸ਼ਵਰ ਦੇ ਚਾਹੁਣ ਵਾਲਿਆਂ ਦੇ ਨਾਲ ਬਣੀ ਰਹੇ। ਆਮੇਨ। ਪਰਮੇਸ਼ਵਰ ਦੇ ਵੱਡੇ ਕੰਮਾਂ ਨੂੰ ਆਪਣੇ ਜੀਵਨ ਦੇ ਵਿੱਚ ਦੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਾਸਟਰ ਦਿਓਲ ਖੋਜੇਵਾਲਾ ਤੇ ਸਾਡਾ Facebook ਪੇਜ ਪਾਸਟਰ ਦਿਓਲ ਖੋਜੇਵਾਲਾ।